ਨਮਸਕਾਰ, ਸਤਿ ਸ਼੍ਰੀ ਅਕਾਲ। ਤੁਹਾਡਾ ਸਭ ਦਾ ਹੈਲੋ ਗਲੋਬਲ ਪੰਜਾਬ ਸ਼ੋਅ 'ਚ ਸਵਾਗਤ ਹੈ। ਅੱਜ ਆਪਾਂ ਗੱਲ ਕਰਾਂਗੇ ਪੰਜਾਬ 'ਚ ਪੂੰਜੀ ਨਿਵੇਸ਼ ਦੀ। ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੂੰਜੀ ਨਿਵੇਸ਼ ਵਧਣ ਦੀ ਬਜਾਏ ਘੱਟ ਰਿਹਾ ਹੈ। ਇਸ ਦੇ ਕੀ ਕਾਰਨ ਨੇ ਅਤੇ ਕੀ ਕਰਨ ਦੀ ਲੋੜ ਹੈ, ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਬਾਕੀ ਦਰਸ਼ਕਾਂ ਦੇ ਨਾਲ ਸਾਂਝੇ ਕਰਾਂਗੇ। ਪਰ ਉਸ ਤੋਂ ਪਹਿਲਾਂ ਮੈਂ ਨਵੇਂ ਜੁੜੇ ਦਰਸ਼ਕਾਂ ਨੂੰ ਅੱਜ ਵੀ ਦੱਸ ਦੇਵਾਂ ਕਿ ਤੁਸੀਂ ਇਸ ਸ਼ੋਅ ਨੂੰ ਨੌਰਥ ਅਮਰੀਕਾ ਦੇ ਪੈਸਿਫਿਕ ਟਾਈਮ ਮੁਤਾਬਿਕ ਸ਼ਾਮੀ 5:30 ਅਤੇ ਈਸਟਰਨ ਟਾਈਮ ਮੁਤਾਬਿਕ ਸ਼ਾਮੀ 8:30 ਮੰਡੇ ਤੋਂ ਫਰਾਈਡੇ ਲਾਈਵ ਦੇਖ ਸਕਦੇ ਜੇ। ਇਸ ਸ਼ੋਅ ਦੇ ਕੁਝ ਰਿਪੀਟ ਸ਼ੋਅ ਵੀ ਹੁੰਦੇ ਨੇ ਜਦੋਂ ਤੁਸੀਂ ਸਿਰਫ ਪੁਰਾਣੀ ਰਿਕਾਰਡਿੰਗ ਹੀ ਸੁਣ ਸਕਦੇ ਜੇ, ਇਸੇ ਕਰਕੇ ਉੱਪਰ ਰਿਕਾਰਡਡ ਲਿਖਿਆ ਹੁੰਦਾ, ਸਕਰੀਨ ਦੇ ਉੱਪਰ ਰਿਕਾਰਡਡ ਲਿਖਿਆ ਹੁੰਦਾ। ਜੇ ਤੁਸੀਂ ਪੁਰਾਣੇ ਸ਼ੋਅ ਦੇਖਣੇ ਹੋਣ ਉਹ ਯੂਟਿਊਬ 'ਤੇ ਉਪਲਬਧ ਨੇ। ਇਨਫੈਕਟ ਸਾਰੇ ਹੁਣ ਤੱਕ ਦੇ ਜਿਹੜੇ ਸ਼ੋਅਜ਼ ਆ ਉਹ ਸਾਰੇ ਉੱਥੇ ਤੁਸੀਂ ਦੇਖ ਸਕਦੇ ਜੇ। ਹੁਣ ਅੱਜ ਦਾ ਮਸਲਾ, ਵੈਸੇ ਤਾਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਪੰਜਾਬ ਰਾਜ ਜਿਹੜਾ ਵਾ ਇਹ ਖੇਤੀਬਾੜੀ ਅਤੇ ਕਿਰਸਾਨੀ ਵਾਸਤੇ ਬੇਸਿਕਲੀ ਸਾਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਵਾ। ਫਿਰ ਵੀ ਪੰਜਾਬ ਦੇ ਕੁਝ ਸ਼ਹਿਰ, ਲੁਧਿਆਣਾ, ਬਟਾਲਾ, ਜਲੰਧਰ, ਮੰਡੀ, ਗੋਬਿੰਦਗੜ੍ਹ, ਇਹੋ ਜਿਹੇ ਜਿਹੜੇ ਸ਼ਹਿਰ ਆ ਉਹ ਉਦਯੋਗ ਦੀਆਂ ਕੰਪਨੀਆਂ ਵਾਸਤੇ ਦੇਸ਼ ਭਰ ਦੇ ਵਿੱਚ ਮਸ਼ਹੂਰ ਨੇ। ਲੁਧਿਆਣੇ ਨੂੰ ਉੱਥੋਂ ਦੀ ਹੋਜ਼ਰੀ ਇੰਡਸਟਰੀ ਜਿਹੜੀ ਆ ਉਹਦੇ ਵਾਸਤੇ ਮੈਨਚੈਸਟਰ ਆਫ ਇੰਡੀਆ ਵੀ ਕਿਹਾ ਜਾਂਦਾ ਵਾ, ਜਿੱਦਾਂ ਆਪਾਂ ਨੂੰ ਪਤਾ ਹੀ ਆ ਕਿ ਮੈਨਚੈਸਟਰ UK ਦਾ ਇੱਕ ਸ਼ਹਿਰ ਆ। ਇਸੇ ਤਰ੍ਹਾਂ ਜਲੰਧਰ ਦੀ ਖੇਡ ਦੀ ਇੰਡਸਟਰੀ ਦੁਨੀਆ ਭਰ ਵਿੱਚ ਮਸ਼ਹੂਰ ਆ। ਉੱਥੇ ਬੈਟ, ਬੱਲੇ, ਹਾਕੀ ਸਟਿਕਸ, ਫੁੱਟਬਾਲ ਜਿਹੜੇ ਖੇਡਣ ਵਾਲੇ ਹੁੰਦੇ ਆ ਇਹ ਸਾਰੇ ਉੱਥੇ ਬਣਦੇ ਆ ਔਰ ਦੁਨੀਆ ਦੇ ਵਿੱਚ ਉੱਥੋਂ ਬਣ ਕੇ ਐਕਸਪੋਰਟ ਹੁੰਦੇ ਰਹੇ ਆ। ਬਟਾਲਾ ਦੀਆਂ ਅਤੇ ਮੰਡੀ ਗੋਬਿੰਦਗੜ੍ਹ ਦੀਆਂ ਫਾਊਂਡਰੀਜ਼, ਲੋਹੇ ਦੀਆਂ ਜਿਹੜੀਆਂ ਫਾਊਂਡਰੀਜ਼ ਆ ਉਹਨਾਂ ਬਾਰੇ ਵੀ ਆਪਾਂ ਸਾਰੇ ਕਰੀਬ ਕਰੀਬ ਜਾਣੂ ਹੀ ਆ। ਪਰ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ 'ਚ ਉਦਯੋਗ ਦੀ ਯਾਨੀ ਇੰਡਸਟਰੀ ਦੀ ਕਾਫੀ ਮੰਦੀ ਹਾਲਤ ਰਹੀ ਹੈ। ਇਹ ਮੰਦੀ ਹਾਲਤ ਪਹਿਲਾਂ ਮਿਲੀਟੈਂਸੀ ਕਰਕੇ ਸੀ। ਉਸ ਵੇਲੇ ਪੰਜਾਬ ਦੀਆਂ ਬਹੁਤ ਸਾਰੀਆਂ ਉਦਯੋਗ ਦੀਆਂ ਕੰਪਨੀਆਂ, ਖਾਸ ਕਰਕੇ ਬਟਾਲਾ, ਫਗਵਾੜਾ ਇਲਾਕੇ ਦੀਆਂ ਜਿਹੜੀਆਂ ਕੰਪਨੀਆਂ ਵਾ ਉਹ ਜਾਂ ਤਾਂ ਬੰਦ ਹੋ ਗਈਆਂ ਜਾਂ ਦੂਜੇ ਰਾਜਾਂ ਦੇ ਵਿੱਚ ਉਹ ਚਲੀਆਂ ਗਈਆਂ ਸੀ। ਪਿਛਲੇ ਕੁਝ ਸਾਲਾਂ ਤੋਂ ਕਾਫੀ ਉਦਯੋਗ ਨਾਲ ਦੇ ਪਹਾੜੀ ਰਾਜਾਂ ਦੇ ਵਿੱਚ ਵੀ ਚਲੇ ਗਏ। ਇਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਟੈਕਸ ਦੀਆਂ ਅਤੇ ਹੋਰ ਕੁਝ ਸਹੂਲਤਾਂ ਕੇਂਦਰ ਸਰਕਾਰ ਵੱਲੋਂ ਐਲਾਨ ਕੀਤੀਆਂ ਗਈਆਂ ਸਨ। ਇਹਦੇ 'ਚ ਹਿਮਾਚਲ ਪ੍ਰਦੇਸ਼, ਖਾਸ ਕਰਕੇ ਬੱਦੀ ਜਿਹੜਾ ਆਪਣੇ ਚੰਡੀਗੜ੍ਹ ਦੇ ਨਾਲ ਹੀ ਲੱਗਦਾ ਵਾ ਉੱਥੇ ਕਾਫੀ ਇੰਡਸਟਰੀ ਜਿਹੜੀ ਆ ਪੰਜਾਬ 'ਚੋਂ ਚਲੀ ਗਈ, ਨਵੀਂ ਇੰਡਸਟਰੀ ਵੀ ਉੱਥੇ ਕਾਫੀ ਲੱਗੀ। ਪੰਜਾਬ ਦੀ ਕਈ ਸਾਲਾਂ ਤੋਂ ਕੋਸ਼ਿਸ਼ ਰਹੀ ਹੈ ਕਿ ਇੱਥੇ ਪੂੰਜੀ ਨਿਵੇਸ਼ ਲਿਆਂਦਾ ਜਾਏ। ਮੈਨੂੰ ਯਾਦ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਵੀ ਇਹੋ ਜਿਹੀਆਂ ਕਈ ਕੋਸ਼ਿਸ਼ਾਂ ਹੋਈਆਂ ਸਨ, ਲੇਕਿਨ ਬਹੁਤੀ ਕਾਮਯਾਬੀ ਨਹੀਂ ਮਿਲੀ ਸੀ। 2 ਸਾਲ ਪਹਿਲਾਂ, ਮੇਰੇ ਖਿਆਲ 2013 ਐਂਡ ਦੇ ਵਿੱਚ, ਅਕਾਲੀ ਭਾਜਪਾ ਸਰਕਾਰ ਨੇ ਇੱਕ ਬੜੇ ਵੱਡੇ ਪੱਧਰ 'ਤੇ ਇਨਵੈਸਟਮੈਂਟ ਸਮਿਟ ਮੋਹਾਲੀ 'ਚ ਆਯੋਜਿਤ ਕੀਤੀ ਸੀ। ਇਸ 'ਚ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਬਾਰੇ ਪਾਵਰ ਪੁਆਇੰਟ ਪ੍ਰਜੈਂਟੇਸ਼ਨ, ਬੜੀ ਮਿਹਨਤ ਕਰਕੇ ਉਹਨਾਂ ਨੇ ਪਾਵਰ ਪੁਆਇੰਟ ਪ੍ਰਜੈਂਟੇਸ਼ਨ ਸੀ ਉਹ ਉੱਥੇ ਦਿੱਤੀ ਵੀ ਸੀ। ਬਹੁਤ ਸਾਰੇ ਇੰਡਸਟਰੀਜ਼ ਜਿਹੜੇ ਸੀ, ਅੰਬਾਨੀਜ਼ ਵਗੈਰਾ, ਇਹ ਸਾਰੇ ਅੰਬਾਨੀਜ਼, ਮਿੱਤਲਸ, ਮੁੰਜਾਲਸ, ਇਹ ਸਾਰੇ ਉਸ ਫੰਕਸ਼ਨ ਦੇ ਵਿੱਚ ਆਏ ਵੀ ਸਨ। ਬੜੀਆਂ ਵੱਡੀਆਂ ਵੱਡੀਆਂ ਉੱਥੇ ਗੱਲਾਂ ਹੋਈਆਂ, ਜਿਸ ਦੇ ਬਾਅਦ ਇਹ ਐਲਾਨ ਹੋਇਆ ਕਿ 65,000 ਕਰੋੜ ਦੇ MOUs ਸਾਈਨ ਹੋਏ ਨੇ, ਯਾਨੀ ਮੈਮੋਰੈਂਡਮਸ ਆਫ ਅੰਡਰਸਟੈਂਡਿੰਗ। ਉਸ ਵੇਲੇ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੰਕਾ ਜ਼ਾਹਰ ਕੀਤੀ ਸੀ ਕਿ ਪਤਾ ਨਹੀਂ ਇਹਨਾਂ 'ਚੋਂ ਜਿਹੜੇ MOUs ਆ, ਮੈਮੋਰੈਂਡਮ ਆਫ ਅੰਡਰਸਟੈਂਡਿੰਗਸ, ਇਹ ਕਿੰਨੀਆਂ ਕੁ ਅੰਡਰਸਟੈਂਡਿੰਗ ਜਿਹੜੀਆਂ ਸਿਰੇ ਚੜ੍ਹਨਗੀਆਂ। ਉਹਨਾਂ ਉਦੋਂ ਵੀ ਕਿਹਾ ਸੀ ਕਿ ਪੂੰਜੀ ਨਿਵੇਸ਼ ਦਾ ਵਾਅਦਾ ਕਰਨ ਵਾਲੇ ਲੋਕਾਂ ਤੋਂ ਅੰਡਰਸਟੈਂਡਿੰਗ ਕਰਨ ਦੀ ਬਜਾਏ ਕਮਿਟਮੈਂਟ ਲੈਣੀ ਚਾਹੀਦੀ ਹੈ ਵੀ ਅਸੀਂ ਵਾਕਈ ਇਹ ਜੋ ਇੱਥੇ ਕਿਹਾ ਜਾ ਰਿਹਾ ਵਾ ਅਸੀਂ ਉਹਦੇ ਵਾਸਤੇ ਕਮਿਟਡ ਹਾਂ। ਉਸ ਵੇਲੇ ਮੈਨੂੰ ਯਾਦ ਆ ਹਾਸਾ ਪੈ ਗਿਆ ਸੀ ਇਸ ਗੱਲ 'ਤੇ, ਪਰ ਇਹ ਗੱਲ ਉਹਦੇ ਹਾਸੇ 'ਚ ਰਹਿ ਗਈ ਸੀ।
ਪਰ ਹੁਣ ਐਂ ਲੱਗ ਰਿਹਾ ਵਾ ਵੀ ਉਹ ਜਿਹੜਾ ਹਾਸਾ ਸੀ ਉਸ ਵੇਲੇ ਦਾ ਉਹ ਹਕੀਕਤ ਦੇ ਵਿੱਚ ਸਾਹਮਣੇ ਆ ਰਿਹਾ ਵਾ। ਬਹੁਤ ਘੱਟ ਇਨਵੈਸਟਮੈਂਟ ਪੰਜਾਬ ਦੇ ਵਿੱਚ ਹੋਈ ਹੈ। ਇੱਕ ਨਵੀਂ ਸਟੱਡੀ ਜਿਹੜੀ ਕਰਾਈ ਗਈ ਆ, ਇਸ ਸਟੱਡੀ ਯਾਨੀ ਅਧਿਐਨ ਮੁਤਾਬਕ ਪੰਜਾਬ 'ਚ ਕਰੀਬ 60% ਨਿਵੇਸ਼ ਦਾ ਘਾਟਾ ਹਰ ਸਾਲ ਹੋ ਰਿਹਾ। ਅੱਗੇ ਨਾਲੋਂ ਨਿਵੇਸ਼ ਇਸ ਰੇਟ 'ਤੇ ਘੱਟ ਰਿਹਾ ਵਾ। 2013-14 'ਚ ਪੰਜਾਬ 'ਚ ਪੂੰਜੀ ਨਿਵੇਸ਼ ਕਰੀਬ 7200 ਕਰੋੜ ਦਾ ਹੋਇਆ ਸੀ, ਜੋ ਇਸ ਸਾਲ ਸਿਰਫ 2600 ਕਰੋੜ ਦਾ ਰਹਿ ਗਿਆ, 2600 ਕਰੋੜ ਦਾ ਹੋਇਆ ਵਾ। ਸੋ ਇੰਨਾ ਫਰਕ ਪੈ ਗਿਆ ਇੱਕ ਸਾਲ ਦੇ ਵਿੱਚ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਹ ਸਟੱਡੀ ਸਹੀ ਨਹੀਂ ਹੈ, ਪਰ ਆਮ ਲੋਕਾਂ ਦੀ ਫੀਲਿੰਗ ਹੈ ਕਿ ਹਕੀਕਤ ਇਸ ਤੋਂ ਵੀ ਮਾੜੀ ਹੈ। ਇਹ ਇਸ ਕਰਕੇ ਕਿ ਨਵਾਂ ਨਿਵੇਸ਼ ਆ ਨਹੀਂ ਰਿਹਾ ਅਤੇ ਪੁਰਾਣੀਆਂ ਜਿਹੜੀਆਂ ਉਦਯੋਗ ਦੀਆਂ ਇੰਡਸਟਰੀਜ਼ ਆ, ਯੂਨਿਟਸ ਆ, ਉਹ ਬੰਦ ਹੋ ਰਹੀਆਂ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਪੰਜ ਛੇ ਸਾਲਾਂ ਦੇ ਵਿੱਚ ਕਰੀਬ 15 ਤੋਂ 16 ਹਜ਼ਾਰ ਛੋਟੀਆਂ ਜਿਹੜੀਆਂ ਫੈਕਟਰੀਆਂ ਵਾ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ ਉਹ ਬੰਦ ਹੋਈਆਂ ਵਾ। ਇਹਨਾਂ 'ਚੋਂ ਕਰੀਬ 700 ਦੇ ਕਰੀਬ ਸਿਰਫ ਮੰਡੀ, ਗੋਬਿੰਦਗੜ੍ਹ, ਖੰਨਾ, ਇਹ ਜਿਹੜਾ ਇਲਾਕਾ ਵਾ ਚੰਡੀਗੜ੍ਹ ਤੋਂ 1.5 ਘੰਟੇ ਦਾ ਰਸਤਾ ਵਾ, ਉੱਥੇ ਇਹ ਜਿਹੜੀਆਂ ਇੰਡਸਟਰੀਜ਼ ਆ ਇਹ ਬੰਦ ਹੋਈਆਂ। ਵੱਡੇ ਉਦਯੋਗਪਤੀ ਜਿਹੜੇ ਆ ਉਹ ਹੁਣ ਦੂਜੇ ਰਾਜਾਂ 'ਚ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ ਅਤੇ ਹਿਮਾਚਲ 'ਚ, ਜਿਵੇਂ ਮੈਂ ਅੱਗੇ ਦੱਸਿਆ, ਬੱਦੀ ਵਰਗੇ ਇਲਾਕਿਆਂ ਦੇ ਵਿੱਚ ਜਾਣਾ ਪਸੰਦ ਕਰਦੇ ਆ, ਪੰਜਾਬ 'ਚ ਨਹੀਂ ਆਉਣਾ ਪਸੰਦ ਕਰਦੇ। ਸੋ ਇਹ ਸਭ ਤੋਂ ਜ਼ਾਹਿਰ ਹੈ ਕਿ ਪੰਜਾਬ 'ਚ ਉਦਯੋਗ ਦੀ ਹਾਲਤ ਕਾਫੀ ਪਤਲੀ ਹੈ ਅਤੇ ਹੋਰ ਲੋਕ ਜਿਹੜੇ ਆ ਉਹ ਨਿਵੇਸ਼ ਕਰਨ ਲਈ ਉਤਸੁਕ ਨਹੀਂ ਨੇ। ਇਸ ਦੇ ਕੀ ਕਾਰਨ ਨੇ, ਕੀ ਕਰਨ ਦੀ ਲੋੜ ਹੈ, ਇਸ ਮਸਲੇ 'ਤੇ ਅਸੀਂ ਤੁਹਾਡੇ ਵਿਚਾਰ ਵੀ ਜਾਣਨੇ ਚਾਹਾਂਗੇ। ਕੁਝ ਸੱਜਣ ਆਲਰੇਡੀ ਸਾਡੇ ਨਾਲ ਜੁੜ ਗਏ ਆ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਹੈ। ਹੈਲੋ, ਹੈਲੋ, ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ ਕੰਵਰ ਸਾਹਿਬ, ਮੈਂ ਬਚਿੱਤਰ ਸਿੰਘ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਹਾਂਜੀ ਬਚਿੱਤਰ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਰੈਟਰੋਸਪੈਕਟਿਵ ਜੇ ਤਾਂ ਆਪਾਂ ਵਿਸ਼ਾ ਲਈਏ ਤਾਂ ਉਹ ਉਹੀ ਹੈ ਜਿਹੜਾ ਉਸ ਦਿਨ ਬੰਦ ਕਰਤਾ ਸੀਗਾ, ਪਰ ਅੱਜ ਵਾਲੇ ਵਿਸ਼ੇ 'ਤੇ ਮੈਂ ਇਹਨੂੰ ਟੱਚ ਕਰਕੇ ਥੋੜ੍ਹਾ ਜਿਹਾ ਉੱਧਰ ਜਾਊਂਗਾ, ਮੈਂ ਸਮਾਂ ਨਹੀਂ ਬਹੁਤਾ ਲੈਣਾ ਤੁਹਾਡਾ। ਦੱਸੋ ਦੱਸੋ। ਉਹ ਇਸ ਤਰ੍ਹਾਂ ਵੀ ਪੰਜਾਬ ਦੇ ਵਿੱਚ ਜਦੋਂ ਸਤ ਸੁਖਬੀਰ ਸਿੰਘ ਬਾਦਲ ਕੇਂਦਰ 'ਚ ਮਿਨਿਸਟਰ ਬਣੇ ਸੀ ਅਤੇ ਉਸ ਵੇਲੇ ਰਵਿੰਦਰ ਸਿੰਘ ਨੇ ਇੱਕ ਬੜਾ ਵੱਡਾ ਪਲਾਂਟ ਲਿਆਂਦਾ ਸੀ ਸਵਿਟਜ਼ਰਲੈਂਡ ਤੋਂ ਅਤੇ ਹੋਰ 2-3 ਕੰਟਰੀਆਂ ਤੋਂ ਜਾ ਕੇ ਕੋਈ 400 ਕਰੋੜ ਰੁਪਈਏ ਦਾ ਇੱਕ ਟਰੈਕਟਰਾਂ ਦਾ ਕਾਰਖਾਨਾ ਸ਼ੁਰੂ ਕਰਨਾ ਚਾਹਿਆ ਸੀਗਾ ਚੰਡੀਗੜ੍ਹ ਦੇ ਨਾਲ ਲੱਗਦੀ ਜ਼ਮੀਨ ਦੇ ਵਿੱਚ। ਇਹੀ ਸਰਦਾਰ ਜੀ ਉਸ ਵੇਲੇ ਨੇ ਸਾਰਾ ਜ਼ੋਰ ਲਾ ਕੇ ਉਹਨੂੰ ਬੰਦ ਕਰਾ ਕੇ ਅਤੇ ਅੱਜ ਉਹ ਕੌਡੀਓ ਖੋਟੇ ਹੋ ਗਏ, ਮਿੱਟੀ ਹੋ ਗਿਆ, ਸਭ ਕੁਛ ਉਹਦਾ ਲਿਆਂਦਾ। ਇਸ ਕਰਕੇ ਵੀ ਰਵਿੰਦਰ ਸਾਡੇ ਨਾਲ ਸਹਿਮਤ ਨਹੀਂ ਅਤੇ ਇਹਦੇ ਕਾਰਖਾਨੇ ਨਹੀਂ ਲੱਗਣ ਦੇਣੇ। ਵੱਡਾ ਕਾਰਨ ਜਿਹੜਾ ਸਾਨੂੰ ਇਹ ਲੱਭਣਾ ਪਏਗਾ ਵੀ ਕਾਰਨ ਕੀ ਆ। ਹਾਲਾਤ ਇੰਨੇ ਵਿਸਫੋਟਕ ਆ ਪੰਜਾਬ ਦੇ, ਤੁਸੀਂ ਰੋਜ਼ ਇਹੋ ਜਿਹੇ ਮੁੱਦੇ ਲੈ ਕੇ ਆਉਂਦੇ, ਤੁਹਾਨੂੰ ਤਾਂ ਹੁਣ ਦੱਸਣ ਦੀ ਲੋੜ ਨਹੀਂ। ਅੱਜ ਦੇ ਹਾਲਾਤ ਜਿਹੜੇ ਨੇ ਬਾਪੂ ਸੂਰਤ ਸਿੰਘ ਦੇ ਜਿਹੜੀ ਹਾਲਤ ਆ, ਕੋਈ ਵੀ ਚੰਗਾ ਭਲਾ ਇੰਡਸਟਰੀਅਲਿਸਟ ਕਿਵੇਂ ਆਏਗਾ ਜਦੋਂ ਉਹਨੂੰ ਇਹ ਨਹੀਂ ਪਤਾ ਵੀ ਇੱਥੇ ਕੋਈ ਦੰਗਾ ਹੋ ਜਾਣਾ, ਇੱਥੇ ਕੀ ਹੋ ਜਾਣਾ, ਮੈਨੂੰ ਲੁੱਟ ਲੈਣਾ, ਖੋਹ ਲੈਣਾ। ਕਿਸੇ ਨੂੰ ਇਨਕਰਜ ਕੀਤਾ ਹੀ ਨਹੀਂ। ਇਸ ਕਰਕੇ ਸਿਰਫ ਇੱਕੋ ਗੱਲ ਹੈ, ਜੇ ਬਾਹਰਲੇ ਆ ਗਏ ਤਾਂ ਸਾਡਾ ਇੱਥੇ ਇੰਡਸਟਰੀ ਜਿਹੜੀ ਉਹ ਮਾਰੀ ਜਾਣੀ ਹੈ, ਸਾਨੂੰ ਕਿਸੇ ਨੇ ਪੁੱਛਣਾ ਨਹੀਂਗਾ। ਕਲਾਈਮੇਟ, ਪਜਿੰਦਰ ਸਿੰਘ ਜੀ ਤੁਹਾਡਾ ਮਤਲਬ ਹੈ ਵੀ ਜਿਹੜੀ ਕਲਾਈਮੇਟ ਚਾਹੀਦੀ ਆ, ਇੰਡਸਟਰੀਅਲ ਕਲਾਈਮੇਟ, ਉਹ ਨਹੀਂ ਬਣ ਰਹੀ ਇੱਥੇ, ਠੀਕ ਹੈ। ਉਹਨਾਂ ਨੂੰ ਜਿਹੜੀ ਸਹੂਲਤ ਚਾਹੀਦੀ ਆ, ਉਹਨਾਂ ਨੂੰ ਬਿਜਲੀ ਚਾਹੀਦੀ ਆ, ਉਹਨਾਂ ਨੂੰ ਹੋਰ ਸਹੂਲਤਾਂ ਚਾਹੀਦੀਆਂ, ਉਹਨਾਂ ਨੂੰ ਵਨ ਵਿੰਡੋ ਸਰਵਿਸ ਚਾਹੀਦੀ ਆ, ਉਹ ਕੁਝ ਵੀ ਨਹੀਂ ਮਿਲ ਰਿਹਾ। ਨਹੀਂ, ਕੁਝ ਕੋਸ਼ਿਸ਼ਾਂ ਤੇ ਹੋਈਆਂ ਵਾ, ਐਕਚੁਅਲੀ ਇੱਕ ਇਨਵੈਸਟਮੈਂਟ ਬਿਊਰੋ ਬਣ ਗਿਆ ਵਾ, ਪਰ ਹਾਲੇ ਵੀ ਜਿਹੜੀ ਇੰਡਸਟਰੀ ਆ ਉਹਨੂੰ ਕੰਫੀਡੈਂਸ ਨਹੀਂ ਮਿਲ ਰਿਹਾ ਇੱਥੇ ਆਉਣ ਵਾਸਤੇ।
ਦੇਖੋ ਜੀ ਕਮਰ ਸਾਹਿਬ, ਬੜੀ ਸਪਸ਼ਟ ਗੱਲ ਆ। ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਤਾਂ ਵਿਸ਼ਵਾਸ ਬਣਾਉਣ ਦੀ ਗੱਲ ਹੈ। ਜਦੋਂ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਇਸ ਗੱਲ ਦਾ, ਉਹਨਾਂ ਨੇ ਪਤਾ ਨਹੀਂ ਕਿਹੜੇ ਵੇਲੇ ਕਿਹੜਾ ਸਰਕੂਲਰ ਕੱਢ ਦੇਣਾ ਤੇ ਕਿਹਦੇ ਖਿਲਾਫ ਹੋ ਜਾਣਾ ਵਾ, ਤੇ ਉਹਦਾ ਲੱਗਿਆ ਲਗਾਇਆ ਪੈਸਾ ਰੋੜ ਕੇ ਰੱਖ ਦੇਣਾ। ਤੇ ਇਦੋਂ ਵੱਡਾ ਸਬੂਤ ਕੀ ਵੀ 2013 ਦੇ ਵਿੱਚ ਸਾਰਾ ਜ਼ੋਰ ਲਾ ਕੇ ਇਹਨਾਂ ਨੇ ਸਮਿਟ ਬਣਾਈ ਤੇ ਉਹਦੇ ਵਿੱਚ 65,000 ਕਰੋੜ ਦੀ ਲਾਗਤ ਲਾਉਣ ਲਈ ਉਹਨਾਂ ਨੇ ਪੰਜਾਬ 'ਚ ਜ਼ੋਰ ਲਾਇਆ ਤੇ ਵਿਸ਼ਵਾਸ ਨਾ ਹੋਣ ਕਰਕੇ ਉਹ ਸਾਰੇ ਇੱਥੋਂ ਭੱਜ ਗਏ। ਬਿਲਕੁਲ, ਉਦੋਂ 65,000 ਕਰੋੜ ਦੀ ਗੱਲ ਜ਼ਰੂਰ ਹੋਈ, ਪਰ ਆਪਣੇ ਇਸ ਪਿਛਲੇ ਸਾਲ ਸਿਰਫ 2700 ਕਰੋੜ ਦੀ ਨਿਵੇਸ਼ ਇੱਥੇ ਹੋਈ ਆ। ਬਜਿੰਦਰ ਸਿੰਘ ਜੀ, ਤੁਸੀਂ ਸ਼ਾਇਦ ਉਦਣ ਦੀ ਵੀ ਗੱਲ ਕਰਨੀ ਚਾਹੁੰਦੇ ਜੀ, ਹਾਂਜੀ ਦੱਸੋ। ਮੈਂ ਉਸ ਲਈ ਦਿਨ ਦੀ ਬੇਨਤੀ ਇਹ ਕਰਨੀ ਚਾਹੁੰਦਾ ਸਾਂ ਵੀ ਜਿਹੜੀ ਅੱਜ ਸੁਪਰੀਮ ਕੋਰਟ ਦਾ ਵੀ ਫੈਸਲਾ ਆ ਗਿਆ ਜੀ ਕੁਛ ਜੀ, ਉਹ ਤੁਸੀਂ ਪੜਿਆ ਹੋਣਾ ਵਾ, ਉਹ ਬਿਲਕੁਲ ਉਹੀ ਆਇਆ ਵਾ। ਨਹੀਂ, ਉਹਦੇ ਤੇ ਕੋਈ ਗੱਲਬਾਤ ਹੈ ਹੀ ਨਹੀਂ ਜੀ। ਉਹਨਾਂ ਨੇ ਪਾਵਰਸ ਤੇ ਰਾਜਾਂ ਨੂੰ ਦੇਤੀਆਂ, ਪਰ ਨਾਲ ਕੰਡੀਸ਼ਨਸ ਲਾਤੀਆਂ, ਔਰ ਕੰਡੀਸ਼ਨਸ ਇਹੋ ਜਿਹੀਆਂ ਵਾ ਵੀ ਰਾਜਾਂ ਕੋਲ ਪਾਵਰ ਰਹੀ ਕੋਈ ਨਹੀਂ ਗੀ। ਪਰ ਇਹ ਉਹ ਕਰ ਨਹੀਂ ਸਕਦੇ, ਜੇ ਕਰ ਸਕਦੇ ਤੇ ਜਿੰਨਾ ਚਿਰ ਉਹਦੇ ਵਿੱਚ ਪੰਜਾਬ ਜੇਲ੍ਹ ਮੈਨੂਅਲ ਦੇ ਵਿੱਚ ਸੋਧ ਨਹੀਂ ਹੁੰਦੀ ਉਹਨਾਂ ਚਿਰ ਇਹ ਕਰ ਨਹੀਂ ਸਕਦੇ, ਕਿਉਂਕਿ ਉਹਨੂੰ ਇਹਨਾਂ ਨੇ ਪਰਸੂ ਹੀ ਨਹੀਂ ਕੀਤਾ, ਕੇਸ ਨੂੰ ਦੱਸਿਆ ਹੀ ਨਹੀਂ ਵੀ ਸਾਡਾ ਪੱਖ ਕੀ ਆ, ਅਸੀਂ ਕਰਨਾ ਕੀ ਚਾਹੁੰਦੇ ਹਾਂ ਤੇ ਅਧਿਕਾਰਾਂ ਨੂੰ। ਕਿਉਂਕਿ ਤੁਸੀਂ ਇਹ ਗੱਲ ਛੇੜੀ ਆ, ਮੈਂ ਸ਼ੇਅਰ ਕਰਨਾ ਚਾਹੁੰਦਾ ਵਾਂ ਵੀ ਸੁਪਰੀਮ ਕੋਰਟ ਨੇ ਰਾਜਾਂ ਦੀਆਂ ਜਿਹੜੇ ਅਧਿਕਾਰ ਆ ਰਮਿਸ਼ਨ ਦੇਣ ਦੇ, ਉਹ ਤੇ ਗ੍ਰਾਂਟ ਵਾਪਸ ਦੇ ਤੇ ਉਹਨਾਂ ਨੂੰ, ਪਰ ਨਾਲ ਕੰਡੀਸ਼ਨਸ ਲਾਤੀਆਂ ਵਾਂ ਵੀ ਤੁਸੀਂ ਜਿਹੜੇ ਲੋਕਾਂ ਨੂੰ ਡੈਥ ਪੈਨਲਟੀ ਜਿਨ੍ਹਾਂ ਦੀ ਅੱਗੇ ਕਮਿਊਟ ਹੋਈ ਆ ਉਹਨਾਂ ਨੂੰ ਤੁਸੀਂ ਛੱਡ ਨਹੀਂ ਸਕਦੇ। ਇਹ ਵੀ ਕੰਡੀਸ਼ਨ ਲਾਤੀ ਵੀ ਜਿਨ੍ਹਾਂ ਦੇ ਵਾਸਤੇ ਸਪੈਸੀਫਾਈਡ ਹੈ ਵੀ ਤੁਸੀਂ ਸਾਰੀ ਉਮਰ ਜੇਲ੍ਹ 'ਚ ਰਹੋਗੇ ਜਾਂ 25 ਸਾਲ ਜੇਲ੍ਹ 'ਚ ਰਹੋਗੇ ਜਾਂ 30 ਸਾਲ ਜੇਲ੍ਹ 'ਚ ਰਹੋਗੇ, ਉਹਨਾਂ ਨੂੰ ਵੀ ਛੱਡਿਆ ਨਹੀਂ ਜਾ ਸਕਦਾ। ਜਿਹੜੇ ਕੇਸਾਂ ਨੇ CBI ਨੇ ਤਫਤੀਸ਼ ਕੀਤੀ ਆ ਜਾਂ ਕਿਸੇ ਕੇਂਦਰੀ ਏਜੰਸੀ ਨੇ ਤਫਤੀਸ਼ ਕੀਤੀ ਆ, ਉਹ ਵੀ ਲੋਕ ਛੱਡੇ ਨਹੀਂ ਜਾ ਸਕਦੇ। ਜਿਹੜੇ ਲੋਕ ਟਾਡਾ ਥੱਲੇ ਬੰਦੇ ਆ ਉਹ ਵੀ ਛੱਡੇ ਨਹੀਂ ਜਾ ਸਕਦੇ। ਇਸੇ ਤਰ੍ਹਾਂ ਹੀ ਰੇਪ ਦੇ ਔਰ ਮਰਡਰ ਕੇਸਿਸ ਜਿਹੜੇ ਆ ਉਹ ਛੱਡੇ ਨਹੀਂ ਜਾ ਸਕਦੇ। ਸੋ ਆਮ ਤੌਰ 'ਤੇ ਜਿਹੜੇ ਲਾਈਫਰਸ ਹੁੰਦੇ ਆ ਉਮਰ ਕੈਦ ਵਾਲੇ, ਤਾਂ ਜਾਂ ਤਾਂ ਮਰਡਰ ਕੇਸ ਵਾਲੇ ਹੋਣਗੇ ਜਾਂ ਰੇਪ ਜਾਂ ਇੱਦਾਂ ਦੇ ਹੋਣਗੇ, ਜਾਂ ਇੱਕ ਅੱਧਾ ਕੋਈ ਸ਼ਾਇਦ ਸਡੀਸ਼ਨ ਵਗੈਰਾ ਦਾ ਕੇਸ ਹੋਊਗਾ। ਸੋ ਬਹੁਤੇ ਕੇਸਿਸ ਦੇ ਵਿੱਚ ਤਾਂ ਤੁਸੀਂ ਪਾਬੰਦੀ ਲਾਤੀ, ਸੋ ਛੱਡੇ ਰਾਜ ਸਰਕਾਰਾਂ ਛੱਡਣਗੀਆਂ, ਫਿਰ ਕਿਹਨਾਂ ਨੂੰ ਜੇ ਛੱਡਣੀਆਂ ਵਿਛਾਉਣ 'ਤੇ ਜਾਣਗੀਆਂ, ਪਿੱਛੋਂ ਆਈ ਜਾਣਗੇ, ਡੱਕਾ ਲੱਗਾ ਵਾ ਤੇ ਉਹ ਹੜ ਦੇ ਰੂਪ ਦੇ ਵਿੱਚ ਜਿਹੜਾ ਉਹ ਬਫਰ ਹੋ ਜਾਊਗਾ, ਬਾਹਰਲੀ ਗਿਣਤੀ ਨਾਲੋਂ ਅੰਦਰਲੇ ਜ਼ਿਆਦਾ ਹੋ ਜਾਣਗੇ। ਜੇ ਕੋਈ ਸੁਧਾਰ ਕਾਹਦਾ ਹੋਇਆ ਫਿਰ ਸੁਧਾਰ ਕਾਹਦੇ ਲਿਖੇਣਗੇ ਜਦੋਂ ਉੱਥੇ ਰਿਫਾਰਮ ਕੋਈ ਹੋਣਾ ਹੀ ਨਹੀਂ ਕਿਸੇ ਨੂੰ। ਮੇਰਾ ਖਿਆਲ ਹੈ ਤੁਸੀਂ ਬੜਾ ਵੈਲਿਡ ਪੁਆਇੰਟ ਰੇਸ ਕੀਤਾ ਵੀ ਪੰਜਾਬ ਜੇਲ੍ਹ ਮੈਨੂਅਲ ਦੇ ਆਧਾਰ 'ਤੇ ਕਿਸੇ 'ਤੇ ਇਹ ਜਿਹੜੀਆਂ ਪਾਵਰਸ ਆ ਇਹ ਸਟੇਟਸ ਕੋਲ ਆ, ਔਰ ਮੇਰਾ ਖਿਆਲ ਹੈ ਕਿਸੇ ਨੂੰ ਇਹ ਪੁਆਇੰਟ ਆਊਟ ਕਰਨਾ ਚਾਹੀਦਾ ਵੀ ਜੋ ਸੁਪਰੀਮ ਕੋਰਟ ਕਰ ਰਿਹਾ ਵਾ ਉਹ ਜੇਲ੍ਹ ਮੈਨੂਅਲ ਵੱਲ ਧਿਆਨ ਤੇ ਪਹਿਲਾਂ ਦੇਣ। ਮੇਰੇ ਖਿਆਲ ਹਾਲੀ ਕਿਸੇ ਨੇ ਇਹ ਗੱਲ ਉੱਥੇ ਕੀਤੀ ਨਹੀਂ ਗੀ, ਮੈਨੂੰ ਲੱਗ ਰਿਹਾ ਬਚਿੱਤਰ ਸਿੰਘ ਜੀ ਨਹੀਂ ਕੀਤੀ ਹੈ, ਕਿਉਂਕਿ ਇਹ ਅਧਿਕਾਰਾਂ ਉੱਤੇ ਡਾਕਾ ਜਿਹੜਾ ਜਿੱਥੇ ਬੈਠੇ ਮਰਜ਼ੀ ਉੱਥੇ ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਅਤੇ ਫੈਸਲਾ ਕਰ ਲੈਂਦੇ ਨੇ ਕਿ ਜਦੋਂ ਜੇ ਜਿਹਦਾ ਵਕੀਲ ਤਕੜਾ ਵਾ ਉਹਦੀ ਦਲੀਲ ਸੁਣ ਕੇ। ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਸਾਂ, ਉਦੋਂ ਗੁਪਤਾ ਦੇ 2 ਬੱਚੇ ਸੀਗੇ, ਉਹਨਾਂ ਨੂੰ ਕਿਸੇ ਨੇ ਅਪਡੇਟ ਕਰ ਲਿਆ, ਬਿੱਲਾ ਅਤੇ ਰੰਗਾ ਉਹਦੇ ਵਿੱਚ 2 ਦੋਸ਼ੀ ਸੀ, ਅਤੇ ਉਦੋਂ 7.5 ਸਾਲ ਕੱਟ ਕੇ ਉਮਰ ਕੈਦੀ ਰਿਹਾ ਹੋ ਜਾਂਦੇ ਹੁੰਦੇ ਸੀਗੇ। ਸੁਪਰੀਮ ਕੋਰਟ ਅਤੇ ਉਸੇ ਵੇਲੇ ਟੈਲੀਵਿਜ਼ਨ ਉਸੇ ਵੇਲੇ ਰੇਡੀਓ ਰੌਲਾ ਪਾਉਣ ਲੱਗ ਪਿਆ, ਸੁਪਰੀਮ ਕੋਰਟ ਵੀ ਅਤੇ ਸੰਸਦ ਨੇ ਵੀ ਫੈਸਲਾ ਕਰ ਦਿੱਤਾ ਵੀ 14.5 ਸਾਲ ਤੋਂ ਘੱਟ ਨਹੀਂ ਜੀ, ਬਾਹਰ ਆ ਹੀ ਨਹੀਂ ਸਕਣਗੇ। ਉਸ ਤੋਂ ਬਾਅਦ ਅਗਾ ਜਿਹੜੇ ਲਾਈਫ ਜਿਹੜੇ ਡੈਥ ਸੈਂਟੈਂਸ ਨੂੰ ਕਮਿਊਟ ਹੋ ਕੇ ਲਾਈਫ ਇੰਪ੍ਰਿਜ਼ਨਮੈਂਟ 'ਚ ਆਏ ਸੀ ਜਿਹਨਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਦੇ ਬਾਰੇ ਫੈਸਲਾ ਆਇਆ, ਉਹ ਕੇਵਲ ਅਤੇ ਕੇਵਲ ਜਿਹੜੇ ਉੱਚੇ IAS ਦੇ ਦੂਜੇ ਨੇਗੇ ਉਹਨਾਂ ਨੇ ਆਪ ਪੈਸੇ ਲੈਣ ਵਾਸਤੇ ਉਹਦੀ ਇੰਟਰਪ੍ਰਿਟੇਸ਼ਨ ਹੀ ਗਲਤ ਕਰ ਦਿੱਤੀ। ਉਹ ਕਹਿ ਜੀ ਇਹ ਤਾਂ ਜਾ ਹੀ ਨਿਕਲ ਹੀ ਨਹੀਂ ਸਕਦੇ, ਭਾਵੇਂ ਕੁਛ ਹੋਵੇ ਭਾਵੇਂ ਕਿਸ ਤਰ੍ਹਾਂ ਵਾ, ਹੈ ਤਾਂ ਬੰਦੇ ਨੂੰ ਉੱਥੇ ਸੁਧਾਰ ਕਰਨਾ ਵਾ, ਗਲਤੀ ਤਾਂ ਕੋਈ ਵੀ ਕਰ ਸਕਦਾ ਵਾ, ਕਿਸੇ ਤੋਂ ਵੀ ਹੋ ਸਕਦੀ, ਕਿਸੇ ਤਾਂ ਝੂਠਾ ਵੀ ਇਲਜ਼ਾਮ ਲੱਗ ਸਕਦਾ ਵਾ, ਪਰ ਉਹ ਕਿਹੜੀ ਤੱਕੜੀ ਆ ਜੀ ਤੇ ਤੋਲ ਕੇ ਦੱਸਣਗੇ ਵੀ ਇਹ ਗਲਤ ਹੈ ਕਿ ਸਹੀ ਆ। ਬਿਲਕੁਲ ਬਿਲਕੁਲ ਬਜਿੰਦਰ ਸਿੰਘ ਜੀ, ਮੇਰਾ ਖਿਆਲ ਇਹ ਮਸਲਾ ਜਿਹੜਾ ਵਾ ਬੜਾ ਗੰਭੀਰ ਮਸਲਾ ਵਾ, ਇਹਦੇ 'ਤੇ ਬਹੁਤ ਡਿਟੇਲ ਦੇ ਵਿੱਚ ਵਿਚਾਰ ਕਰਨ ਦੀ ਲੋੜ ਹੈ, ਕਾਨੂੰਨੀ ਮਾਹਰਾਂ ਨੂੰ ਇਸ ਗੱਲ ਦੇ ਉੱਤੇ ਬਾਕੀ ਮੁਲਕਾਂ ਵੱਲ ਵੇਖ ਕੇ ਵਿਚਾਰ ਕਰਨ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ,
ਹੈਲੋ ਹਾਂਜੀ ਹਾਂਜੀ ਮੇਰਾ ਨਾਮ ਸੁਖਦੇਵ ਸਿੰਘ ਆ ਮੈਂ ਨਿਊਯਾਰਕ ਤੋਂ ਬੋਲਦਾ ਹਾਂ ਹਾਂਜੀ ਸੁਖਦੇਵ ਸਿੰਘ ਜੀ ਸਵਾਗਤ ਹੈ ਅਸੀਂ ਗੱਲ ਅੱਜ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਇਨਵੈਸਟਮੈਂਟਸ ਕਿਉਂ ਨਹੀਂ ਹੋ ਰਹੀਆਂ ਇਹ ਤਾਂ ਹੋ ਨਹੀਂ ਰਹੀਆਂ ਹੋਣੀਆਂ ਵੀ ਨਹੀਂ ਕਿਉਂਕਿ ਹਾਲਾਤ ਉੱਥੇ ਦੇ ਖਰਾਬ ਨੇ ਕੋਈ ਉੱਥੇ ਇੰਟਰਸਟ ਨਹੀਂ ਲੈ ਸਕਦਾ ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੋਂ ਗਿਆ ਨੂੰ ਸੁਖਦੇਵ ਸਿੰਘ ਜੀ ਹਾਂਜੀ ਤੁਹਾਨੂੰ ਕਿੰਨੀ ਦੇਰ ਹੋ ਗਈ ਇੰਡੀਆ 'ਚੋਂ ਗਿਆ ਨੂੰ 29-30 ਸਾਲ ਹੋ ਗਏ ਜੀ ਓਕੇ ਸੋ ਤੁਸੀਂ ਆਉਂਦੇ ਰਹਿੰਦੇ ਜੇ ਤੁਹਾਨੂੰ ਇੱਥੋਂ ਦੇ ਹਾਲਾਤ ਬਾਰੇ ਤੁਸੀਂ ਗੱਲ ਕਰ ਰਹੇ ਜੇ ਮੈਂ ਸਾਲ 'ਚ ਦੋ ਚੱਕਰ ਲਾ ਲੈਣਾ ਜੀ ਓਕੇ ਓਕੇ ਅਤੇ ਹੁਣ ਇੱਕ ਨਵੀਂ ਤੁਹਾਨੂੰ ਦੱਸਦਾ ਜੀ ਖਬਰ ਮੋਹਾਲੀ ਦੀ ਖਬਰ ਹੈ ਜੀ ਅਤੇ ਉੱਥੇ ਜਿਹੜਾ ਐਡਮਿਨਿਸਟ੍ਰੇਟਰ ਆ ਉਹ ਹੈਗਾ RSS ਦਾ ਓਕੇ ਉਹਨੇ ਨਵਾਂ ਇੱਕ ਕਾਨੂੰਨ ਲਾਗੂ ਕੀਤਾ ਹੈ ਪੰਜਾਬ 'ਚ ਗਊ ਹੱਤਿਆ ਤਾਂ ਹੁੰਦੀ ਨਹੀਂ ਹੈਗੀ ਜੀ ਇੱਕ ਗਊ ਟੈਕਸ ਲਾਇਆ ਉਹਨਾਂ ਨੇ ਜਿਹੜਾ ਜੇ ਤੁਸੀਂ ਮੋਟਰਸਾਈਕਲ ਜਾਂ ਸਕੂਟਰ ਰਜਿਸਟਰ ਕਰਾਉਂਦੇ ਆ ਤਾਂ 200 ਰੁਪਈਏ ਉਹਤੇ ਲੱਗਦੇ ਨੇ ਹੋਰ ਗਊ ਟੈਕਸ ਜੇ ਕਾਰ ਕਰਾਉਂਦੇ ਆ ਤਾਂ 500 ਲੱਗਦੇ ਨੇ ਜੇ ਤੁਸੀਂ ਬੋਤਲ ਖਰੀਦਣੀ ਆ ਬੀਅਰ ਦੀ ਤਾਂ 5 ਰੁਪਈਏ ਲੱਗਦੇ ਨੇ ਤਾਂ ਕੌਣ ਜਾਊਗਾ ਉੱਥੇ ਇਨਵੈਸਟਮੈਂਟ ਕਰਨ ਵਾਸਤੇ ਇਹ ਗਊ ਟੈਕਸ ਹੈ ਉਹਦੇ ਮੋਹਾਲੀ ਦੇ ਵਿੱਚ ਹਾਂਜੀ ਇਹ ਅਪ੍ਰੈਲ ਤੋਂ ਸ਼ੁਰੂ ਹੋਇਆ ਤੁਸੀਂ ਇਹਦੀ ਡਿਟੇਲ ਪੂਰੀ ਪਤਾ ਕਰਕੇ ਕਿਸੇ ਦਿਨ ਇਹ ਇਹ ਸਿਰਫ ਮੋਹਾਲੀ ਵਾਸਤੇ ਆ ਕਿ ਸਾਰੇ ਰਾਜ 'ਚ ਆ ਜੀ ਸਿਰਫ ਮੋਹਾਲੀ ਵਾਸਤੇ ਆ ਜੀ ਹਜੇ ਮੋਹਾਲੀ ਵਾਸਤੇ ਕੱਲ੍ਹ ਨੂੰ ਇਹਨੂੰ ਵਧਾ ਦੇਣਗੇ ਪਰ ਅਜੀਬ ਗੱਲ ਤਾਂ ਆ ਵੀ ਪੰਜਾਬ 'ਚ ਤਾਂ ਗਊ ਹੱਤਿਆ ਹੁੰਦੀ ਉਹ ਨਹੀਂ ਹੈਗੀ ਹੁੰਦੀ ਨਹੀਂ ਜੀ ਇੱਥੇ ਨੋਰਮਲੀ ਬੀਫ ਮਿਲਦਾ ਨਹੀਂ ਜੀ ਬਿਲਕੁਲ ਠੀਕ ਹੈ ਫਿਰ ਉਹਨਾਂ ਨੇ ਇੱਕ ਆਪਣੇ ਚੰਡੀਗੜ੍ਹ ਦੇ ਲਾਗੇ ਇੱਕ ਬੀਫ ਫੈਕਟਰੀ ਲਾਈ ਸੀ ਪਹਿਲਾਂ ਗੌਰਮੈਂਟ ਨੇ ਹਾਂਜੀ ਉਹ ਇਹਨਾਂ ਜਿਹੜੀਆਂ ਆਰਗੇਨਾਈਜੇਸ਼ਨ ਸੀ ਉਹਨਾਂ ਨੇ ਬੰਦ ਕਰਾ ਦਿੱਤੀ ਸੀਗੀ ਨਹੀਂ ਉਹ ਬੀਫ ਫੈਕਟਰੀ ਤਾਂ ਨਹੀਂ ਸੀ ਉਹ ਮੀਟ ਫੈਕਟਰੀ ਸੀ ਉਹ ਆਪਣਾ ਸ਼ੂਟਰ ਬਿੰਦਰਾ ਵਾ ਜਿਹੜਾ ਅਭਿਨਵ ਬਿੰਦਰਾ ਉਹਦੇ ਫਾਦਰ ਨੇ ਉਹ ਫੈਕਟਰੀ ਲਾਈ ਸੀ ਮੇਰਾ ਖਿਆਲ ਹਾਲੀ ਉਹ ਚੱਲ ਰਹੀ ਆ ਪਰ ਇਸ ਵੇਲੇ ਉਹਦੀ ਬਹੁਤੀ ਖਬਰਾਂ ਦੇ ਵਿੱਚ ਨਹੀਂ ਗੀ ਸੁਖਦੇਵ ਸਿੰਘ ਜੀ ਕੁਝ ਹੋਰ ਵੀ ਗੱਲ ਕਰਨੀ ਚਾਹੁੰਦੇ ਨੋ ਥੈਂਕ ਯੂ ਜੀ ਬਸ ਮਿਹਰਬਾਨੀ ਬਹੁਤ ਮਿਹਰਬਾਨੀ ਇਸੇ ਤਰ੍ਹਾਂ ਹੀ ਕਾਲ ਕਰਦੇ ਰਹੋ ਇੱਕ ਹੋਰ ਸੱਜਣ ਸਾਡੇ ਨਾਲ ਨੇ ਦੇਖਦੇ ਹਾਂ ਉਹਨਾਂ ਦਾ ਕੀ ਪ੍ਰਸਤਾਵ ਆ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਝੂਠੀ ਬੋਲਦਾ ਜੀ ਹਾਂਜੀ ਹਾਂਜੀ ਝੂਠੀ ਜੀ ਦੱਸੋ ਕੀ ਕਹਿਣਾ ਚਾਹੁੰਦੇ ਜੀ ਆਪਾਂ ਗੱਲ ਕਰ ਰਹੇ ਹਾਂ ਵੀ ਪੰਜਾਬ 'ਚ ਇਨਵੈਸਟਮੈਂਟ ਕਿਉਂ ਨਹੀਂ ਹੋ ਰਹੀ ਹਾਂਜੀ ਸੰਧੂ ਸਾਹਿਬ ਮੇਰੇ ਮੁਤਾਬਕ ਦੋ ਤਿੰਨ ਕਾਰਨ ਹੈ ਕਿਉਂ ਨਹੀਂ ਇਨਵੈਸਟਮੈਂਟ ਹੁੰਦੀ ਪਈ ਪਹਿਲੀ ਆਪਾਂ ਕਾਰਨ ਇਹ ਆ ਖਾੜਕੂਵਾਦ ਦੇ ਟਾਈਮ ਤੋਂ ਬਾਅਦ ਕੇਂਦਰ ਦੀ ਥੋੜੀ ਜਿਹੀ ਬੇਰੁਖੀ ਪੰਜਾਬ ਵੱਲੋਂ ਹੋ ਗਈ ਆ ਤੇ ਉਹਦਾ ਇੱਕ ਵੱਡਾ ਕਾਰਨ ਇਹ ਆ ਜਦੋਂ ਵਾਜਪਾਈ ਦੀ ਸਰਕਾਰ ਸੀ ਉਹਨੂੰ ਗੁਆਂਢੀ ਸਟੇਟ ਨੂੰ ਕਾਫੀ ਸਹੂਲਤਾਂ ਦੇ ਦਿੱਤੀਆਂ ਟੈਕਸ ਫ੍ਰੀ ਜੇ ਕਰ ਦਿੱਤੇ ਇੰਡਸਟਰੀ ਜਿਹੜੀ ਆ ਤੇ ਉਹਦਾ ਰਿਜ਼ਲਟ ਇਹ ਹੋਇਆ ਪੰਜਾਬ ਤੋਂ ਉੱਧਰ ਜਾਣ ਲੱਗ ਪਏ ਇੰਡਸਟਰੀ ਤੇ ਦੂਸਰਾ ਗੱਲ ਇਹ ਆ ਜੀ ਤੇ ਪੰਜਾਬ ਚ ਆਵੇ ਬਿਜਲੀ ਦੀ ਘਾਟ ਰਹੀ ਆ ਕਦੇ ਬਿਜਲੀ ਪੂਰੀ ਹੋਈ ਨੀ ਇਹ ਵੀ ਇੱਕ ਵੱਡਾ ਕਾਰਨ ਆ ਤੀਜਾ ਸੰਧੂ ਸਾਹਿਬ ਇਹ ਆ ਕੋਈ ਬਾਹਰੋਂ ਵੀ ਆਉਣ ਲਾਉਣਾ ਚਾਹੁੰਦੇ ਇੱਥੇ ਕਈ ਇਨਵੈਸਟ ਕਰਨਾ ਚਾਹੁੰਦੇ ਆ ਪਰ ਉਹਨਾਂ ਵਾਸਤੇ ਮਾਹੌਲ ਸਹੀ ਨਹੀਂ ਹੈਗਾ ਉਹ ਕਿਉਂਕਿ ਜਿੱਥੇ ਕਿਤੇ ਉਹ ਜਾਂਦੇ ਆ ਜਦੋਂ ਉਹਨੇ ਇੰਡਸਟਰੀ ਸ਼ੁਰੂ ਕਰਨੀ ਉਹ ਕੰਮ ਸ਼ੁਰੂ ਕਰਨ ਜਾਂਦੇ ਆ ਕਿਸੇ ਵੀ ਦਫ਼ਤਰ ਜਾਂਦੇ ਆ ਉਹਨਾਂ ਨੇ ਝੋਲੀਆਂ ਫਲਾਈਆਂ ਹੁੰਦੀਆਂ ਵੀ ਸਾਨੂੰ ਪੈਸੇ ਦਿਓ ਤਾਂ ਅਸੀਂ ਪਾਸ ਕਰਨਾ ਕਈਆਂ ਨੇ ਲਾਈ ਵੀ ਆ ਪਹਿਲੇ ਉਹ ਬੇਚਾਰੇ 2-4 ਸਾਲ ਬਾਅਦ ਛੱਡ ਕੇ ਇੱਧਰ ਆ ਗਿਆ ਬਾਹਰ ਮੁੜ ਕੇ ਵੀ ਆ ਸਾਨੂੰ ਉੱਥੇ ਫਾਇਦਾ ਨਹੀਂ ਹੈਗਾ ਜਦੋਂ ਤੱਕ ਭ੍ਰਿਸ਼ਟਾਚਾਰ ਖਤਮ ਨਹੀਂ ਹੋਊਗਾ ਪੰਜਾਬ ਦੇ ਵਿੱਚ ਉਦੋਂ ਤੱਕ ਇੰਡਸਟਰੀ ਦਾ ਵਧਣਾ ਫੁੱਲਣਾ ਬਹੁਤ ਔਖਾ ਆ ਸੰਧੂ ਸਾਹਿਬ ਇੱਕ ਹੋਰ ਗੱਲ ਹੈ
ਜੀ ਇੱਥੇ ਬਾਹਰਲਾ ਮਾਹੌਲ ਇਹੋ ਜਿਹਾ ਆ, ਪੂਨਾ ਤੇ ਫੈਕਟਰੀਆਂ ਵਾਲਾ ਸਟਾਰਟ ਹੋ ਜਾਂਦੇ, ਸਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਇਹ ਬਹੁਤ ਫਰਕ ਆ ਬਾਹਰ ਔਰ ਪੰਜਾਬ ਦਾ। ਬਿਲਕੁਲ ਠੀਕ ਹੈ, ਇੱਥੇ ਕਾਲ ਸੈਂਟਰਸ ਵਗੈਰਾ ਕਾਫੀ ਬਣੇ ਸੀ, ਬੈਕ ਐਂਡ ਯੂਨਿਟਸ ਕਾਫੀ ਬਣੀਆਂ ਸੀ, ਪਰ ਹੌਲੀ ਹੌਲੀ ਮੈਨੂੰ ਲੱਗਦਾ ਵਾ ਜਿਹੋ ਜਿਹਾ ਵਾਧਾ ਇਹਨਾਂ 'ਚ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ, ਔਰ ਬਹੁਤ ਸਾਰੀਆਂ ਯੂਨਿਟਸ ਜਿਹੜੀਆਂ ਬੰਦ ਹੋ ਗਈਆਂ ਜਾਂ ਇੱਥੋਂ ਚਲੀਆਂ ਵੀ ਗਈਆਂ। ਇਨਫੈਕਟ ਮੋਹਾਲੀ ਦੇ ਵਿੱਚ ਇੱਕ ਇੰਡਸਟਰੀਅਲ ਫੋਕਲ ਪੁਆਇੰਟ ਬਣਿਆ ਸੀ, ਲੱਗਦਾ ਸੀ ਵੀ ਇਹ ਬਹੁਤ ਤਰੱਕੀ ਕਰੂਗਾ। ਬੜੇ ਸਾਲ ਪਹਿਲਾਂ ਐਕਚੁਅਲੀ ਇੱਕ ਇੰਡਸਟਰੀਅਲ ਏਰੀਆ ਬਣਿਆ ਸੀ, ਪਹਿਲਾਂ ਉੱਥੇ ਕੋਈ ਤਰੱਕੀ ਨਹੀਂ ਹੋਈ, ਫਿਰ ਇੰਡਸਟਰੀਅਲ ਫੋਕਲ ਪੁਆਇੰਟ ਬਣਿਆ ਮੋਹਾਲੀ ਦੇ ਵਿੱਚ, ਉਹਦੀ ਤਰੱਕੀ ਨਹੀਂ ਹੋਈ। ਮੈਨੂੰ ਯਾਦ ਆ ਅੰਮ੍ਰਿਤਸਰ ਦੇ ਕੋਲ ਗੋਇੰਦਵਾਲ ਸਾਹਿਬ ਬਹੁਤ ਇਤਿਹਾਸਿਕ ਸ਼ਹਿਰ ਆ, ਸਿੱਖੀ ਨਾਲ ਸਿੱਖੀ ਦਾ ਧੁਰਾ ਵੀ ਜਾਣਿਆ ਜਾਂਦਾ ਵਾ, ਉੱਥੇ ਵੀ ਬੜੇ ਸਾਲ ਪਹਿਲਾਂ ਇੱਕ ਇੰਡਸਟਰੀਅਲ ਟਾਊਨਸ਼ਿਪ ਬਣਾਉਣ ਦੀ ਕੋਸ਼ਿਸ਼ ਹੋਈ ਸੀ, ਔਰ ਉਹ ਹਾਲੀ ਉੱਥੇ ਇਨਫੈਕਟ ਖੰਡਰ ਪਏ ਆ ਉਹਨਾਂ ਥਾਵਾਂ ਦੇ ਉੱਤੇ, ਕਿਸੇ ਨੇ ਉਸ ਤੋਂ ਬਾਅਦ ਉੱਥੇ ਦਿਲਚਸਪੀ ਨਹੀਂ ਲਈ, ਉਹ ਉੱਥੇ ਦੀ ਉੱਥੇ ਹੀ ਗੱਲ ਰਹਿ ਗਈ। ਸੋ ਅਸੀਂ ਨਵੀਂ ਇਨਵੈਸਟਮੈਂਟਸ ਦੀ ਗੱਲ ਕਰਦੇ ਹਾਂ, ਪਰ ਜਿਹੜੇ ਪੁਰਾਣੇ ਸਾਡੇ ਐਫਰਟ ਸੀਗੇ ਉਹਨਾਂ ਵੱਲ ਅਸੀਂ ਬਿਲਕੁਲ ਧਿਆਨ ਨਹੀਂ ਦਿੰਦੇ। ਝੂਠੀ ਜੀ ਮਿਹਰਬਾਨੀ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੋੜ੍ਹਾ ਜਿਹਾ ਉੱਚੀ ਬੋਲਿਓ ਪਲੀਜ਼। ਹਾਂਜੀ ਸੰਧੂ ਸਾਹਿਬ, ਕੀ ਹਾਲ ਨੇ? ਮਿਹਰਬਾਨੀ ਜੀ, ਕੌਣ ਬੋਲ ਰਹੇ? ਮੈਂ ਵਿਨਪੈਗਰ ਬੋਲਦੇ ਜੀ, ਮੈਨੀਟੋਬਾ ਕੈਨੇਡਾ ਤੋਂ। ਕੌਣ ਜੀ? ਸੁਖਵਿੰਦਰ ਸਿੰਘ ਬੋਲਦੇ ਜੀ। ਹਾਂਜੀ ਸਤਵਿੰਦਰ ਸਿੰਘ ਜੀ, ਸਵਾਗਤ ਹੈ, ਦੱਸੋ ਤੁਸੀਂ ਇਸ ਮਸਲੇ ਤੇ ਤੁਹਾਡਾ ਕੀ ਸੁਝਾਵ ਹੈ, ਕੀ ਵਿਊ ਪੁਆਇੰਟ ਹੈ? ਬਾਈ ਜੀ, ਪਹਿਲਾਂ ਤਾਂ ਇਹ ਗੱਲ ਆ ਵੀ ਪਹਿਲਾਂ ਤਾਂ ਇੱਥੇ ਰੂਲ ਐਂਡ ਰੈਗੂਲੇਸ਼ਨ ਦੇ ਲਾ ਬਣਨੇ ਚਾਹੀਦੇ ਆ। ਓਕੇ, ਜਿਹੜੇ ਕਿ ਲਾਗੂ ਨਹੀਂ ਹੋ ਰਹੇ, ਲਾ ਬਣੇ ਜ਼ਰੂਰ, ਲਾਗੂ ਨਹੀਂ ਹੋਏ, ਹੇਰਾ ਫੇਰੀ ਰਿਸ਼ਵਤਖੋਰੀ ਚੱਲ ਰਹੀ ਆ, ਬਾਹਰੋਂ ਆਉਂਦੇ ਵੀ ਆ ਲੋਕੀ, ਕਰਨਗੇ ਕੀ ਜਦੋਂ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਇੱਥੇ। ਰੂਲਸ ਰੈਗੂਲੇਸ਼ਨ ਦੀ ਤੁਸੀਂ ਗੱਲ ਕੀਤੀ, ਪਹਿਲਾਂ ਤਾਂ ਸੜਕਾਂ ਦੇ ਰੂਲਸ ਰੈਗੂਲੇਸ਼ਨ ਨਹੀਂ ਬਣੇ ਇੱਥੇ, ਸੜਕਾਂ ਚੌੜੀਆਂ ਤਾਂ ਜ਼ਰੂਰ ਕਰਤੀਆਂ, ਪਰ ਉੱਥੇ ਰੂਲਸ ਰੈਗੂਲੇਸ਼ਨ ਕੋਈ ਨਹੀਂ, ਔਰ ਇਸੇ ਕਰਕੇ ਬਹੁਤ ਜ਼ਿਆਦਾ ਸੜਕ ਹਾਦਸੇ ਹੋ ਰਹੇ ਆ ਜੀ। ਹੁਣ ਜਿੰਨੇ ਵੀ ਆਪਣੇ MLA MP ਬਾਹਰ ਨੂੰ ਵੀ ਆਉਂਦੇ ਆ, ਹਾਂ ਹਾਂ, ਕੀ ਇੱਥੇ ਆ ਕੇ ਵੇਖ ਕੇ ਨਹੀਂ ਜਾਂਦੇ ਵੀ ਇੱਥੇ ਕੀ ਰੂਲ ਹੈਗੇ ਨੇ, ਕੀ ਲੋਕੀ ਫਾਲੋ ਕਰਦੇ ਨੇ, ਕੀ ਕੀ ਫਾਈਨ ਚਾਹੀਦੇ ਨੇ? ਉਹ ਅਸਲ ਦੇ ਵਿੱਚ ਜਦੋਂ ਬਾਹਰ ਆਉਂਦੇ ਆ ਉਦੋਂ ਵੇਖਣਾ ਤਾਂ ਉਹਨਾਂ ਨੇ ਕੀ ਆ, ਤੁਸੀਂ ਲੋਕੀ ਉਹਨਾਂ ਦੀ ਸੇਵਾ ਹੀ ਬੜੀ ਕਰ ਦਿੰਦੇ, ਅਰ ਕੀ ਖੈਰ ਵੱਖਰੀ ਟਾਈਪ ਦੀ ਸੇਵਾ ਹੋਈ ਆ, ਪਰ ਅੱਗੇ ਆਉਂਦੇ ਸੀਗੇ ਤੇ ਤੁਸੀਂ ਉਹਨਾਂ ਨੂੰ ਮਹਿਮਾਨ ਨਿਵਾਜ਼ੀ ਇਹੋ ਜਿਹੀ ਕਰ ਦਿੰਦੇ ਸੀ ਵੀ ਉਹ ਬਾਕੀ ਕੁਝ ਵੇਖਦੇ ਹੀ ਨਹੀਂ ਸੀ ਉਹ ਜੀ। ਨਹੀਂ ਠੀਕ ਹੈ, ਵੇਖਦੇ ਨਹੀਂ ਸੀ, ਪਰ ਉਹਨਾਂ ਸੱਚ ਤਾਂ ਹੈ ਨਾ ਵੀ ਅਸੀਂ ਕੀ ਕਰਨਾ ਜਾ ਕੇ ਪੰਜਾਬ ਦੇ ਲੋਕਾਂ ਲਈ, ਲੋਕੀ ਕਿਵੇਂ ਆਉਣਗੇ ਉੱਥੇ? ਬਿਲਕੁਲ ਬਿਲਕੁਲ ਸੁਤੰਦਰ ਸਿੰਘ ਜੀ, ਠੀਕ ਕਿਹਾ ਤੁਸੀਂ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹਾਂਜੀ ਕੰਵਰ ਸਾਹਿਬ, ਸਤਿ ਸ਼੍ਰੀ ਅਕਾਲ, ਅਵਤਾਰ ਸਿੰਘ ਛੀਨਾ ਡੱਲੇ ਨੂੰ ਕੈਲੀਫੋਰਨੀਆ। ਹਾਂਜੀ ਹਾਂਜੀ ਅਵਤਾਰ ਸਿੰਘ ਜੀ, ਸਵਾਗਤ ਹੈ, ਦੱਸੋ ਤੁਹਾਡਾ ਕੀ ਵਿਊ ਪੁਆਇੰਟ ਆ, ਕੀ ਸੁਝਾਵ ਹੈ ਇਸ ਪੰਜਾਬ 'ਚ ਨਿਵੇਸ਼ ਲਿਆਉਣ ਵਾਸਤੇ, ਇਨਵੈਸਟਮੈਂਟ ਲਿਆਉਣ ਵਾਸਤੇ, ਇੰਡਸਟਰੀ ਲਿਆਉਣ ਵਾਸਤੇ? ਬੜਾ ਸਿੰਪਲ ਹੈ ਜੀ। ਹਾਂਜੀ, ਇੱਕ ਕੱਲ ਕਾਲਰ ਨੇ ਕਾਲ ਕੀਤੀ ਸੀ, ਹਾਂ ਹਾਂ, ਸਾਰੀਆਂ ਕੋਰਟਾਂ 'ਚ ਉਹ ਜਿੱਤ ਚੁੱਕਿਆ ਤੇ ਉਹਦੀ ਜ਼ਮੀਨ ਹਜੇ ਉਹਨੂੰ ਨਹੀਂ ਮਿਲੀ। ਹਾਂ, ਮੇਰੇ ਖਿਆਲ ਮਾਛੀਵਾੜੇ ਦੇ ਲੋਕ ਕੋਲ ਦੇ ਸੱਜਣ ਸਨ। ਹਾਂਜੀ, ਤਿੰਨ ਗੱਲਾਂ ਨੇ ਮੈਂ ਕਹਿ ਲੈਣ ਦਿਓ। ਦੂਜੀ ਗੱਲ ਜੀ, ਇੰਗਲੈਂਡ ਦੇ ਬਿਜ਼ਨਸਮੈਨ ਨੇ ਆਪਦਾ ਪਾਰਟਨਰ ਇੰਡੀਆ ਸੱਦ ਕੇ ਮਾਰਿਆ ਜੀ ਜੀ। ਤੀਜੀ ਗੱਲ, ਮੈਂ 92 ਤੋਂ ਯੂਨਾਈਟਿਡ ਸਟੇਟਸ ਦੇ ਵਿੱਚ, ਅੱਜ ਤੱਕ ਮੈਂ ਕਿਸੇ ਦਫ਼ਤਰ ਦੇ ਵਿੱਚ, ਕਿਸੇ ਆਫਿਸ ਦੇ ਵਿੱਚ ਬਿੱਲ ਦੇਣ ਨਹੀਂ ਗਿਆ, ਕੋਈ ਵੀ ਬਿੱਲ। ਓਕੇ, ਜਾਂ ਮੇਲ ਕਰ ਦਈਦਾ ਜਾਂ ਫੋਨ ਹੁਣ ਤਾਂ ਚੱਲ ਪਏ। ਉਹ ਪ੍ਰੋਬਲਮ ਹੈ ਜੀ, ਸਾਡੇ ਇੱਥੇ ਠੱਗੀਆਂ ਠੁੱਗੀਆਂ ਹੋ ਜਾਂਦੀਆਂ, ਸੋ ਇਸ ਕਰਕੇ ਥੋੜ੍ਹਾ ਜਿਹਾ ਕੇਅਰਫੁਲ ਹੈ ਲੋਕੀ। ਫਿਰ ਠੱਗਾਂ ਦੇ ਦੇਸ਼ 'ਚ ਕੌਣ ਜਾਵੇ? ਠੀਕ ਹੈ, ਬਿਲਕੁਲ ਗੱਲ ਬਿਲਕੁਲ ਠੀਕ ਹੈ। ਸੋ ਕਈ ਲੈਵਲਸ 'ਤੇ ਮੇਰੇ ਖਿਆਲ ਸਾਨੂੰ ਸੁਧਾਰ ਲਿਆਉਣ ਦੀ ਲੋੜ ਆ, ਤਦ ਹੀ ਮੇਰੇ ਖਿਆਲ ਇਨਵੈਸਟਮੈਂਟ ਹੌਲੀ ਹੌਲੀ ਆਊਗੀ। ਅਵਤਾਰ ਜੀ, ਕੁਛ ਹੋਰ ਵੀ ਕਹਿਣਾ ਚਾਹੁੰਦੇ ਜੇ? ਹਾਂਜੀ ਹਾਂਜੀ, ਇੱਕ ਤੁਸੀਂ ਗੱਲ ਨੂੰ ਰੈਕੋਗਨਾਈਜ਼ ਕਰਿਆ ਕਰੋ, ਤੁਹਾਨੂੰ ਸੁਝਾਅ ਇਹ ਵੀ ਤੁਸੀਂ ਕਹਿ ਦਿੰਦੇ ਹੋ ਇਹ ਪਰਸੈਪਸ਼ਨ ਬਣੀ ਹੋਈ ਆ ਜੀ,
ਅਸਲੀਅਤ ਹੈ ਜੀ ਇਹ ਇਹੀ ਕੁਛ ਹੈ, ਪਰਸੈਪਸ਼ਨ ਨਾਂ ਦੀ ਕੋਈ ਚੀਜ਼ ਨਹੀਂ, ਜਿਹੜੀ ਚੀਜ਼ ਸਹੀ ਆ ਉਹਨੂੰ ਐਡਮਿਟ ਕਰ ਲਿਆ ਕਰੋ ਵੀ ਹਾਂ ਉੱਥੇ ਕਰਪਸ਼ਨ, ਧੱਕੇਸ਼ਾਹੀ, ਰਿਸ਼ਵਤਖੋਰੀ, ਬੇਈਮਾਨੀ, ਹਰੇਕ ਚੀਜ਼ ਦੀ ਭਰਮਾਰ ਆ। ਨਹੀਂ ਬਿਲਕੁਲ ਠੀਕ ਆ, ਇਹ ਚੀਜ਼ਾਂ ਹੈ ਇੱਥੇ, ਪਰ ਕਈ ਵਾਰ ਕਿਸੇ ਚੀਜ਼ ਦੀ ਨਾ ਵੀ ਉਹ ਚੀਜ਼ ਹੋਵੇ ਤਾਂ ਉਹਦੀ ਪਰਸੈਪਸ਼ਨ ਬਣ ਜਾਂਦੀ ਆ, ਜਿਵੇਂ ਇੱਥੇ ਹੁਣ ਇਸ ਵੇਲੇ ਪਰਸੈਪਸ਼ਨ ਇਹ ਆ ਵੀ ਇੱਥੇ ਸਾਰੇ ਹੀ ਬਿਜ਼ਨਸਿਸ ਜਿਹੜੇ ਆ ਉਹ ਸ਼ਾਇਦ ਇੱਕੋ ਹੀ ਪਰਿਵਾਰ ਨੇ ਕੰਟਰੋਲ ਕੀਤੇ ਆ। ਠੀਕ ਹੈ ਉਹ ਪਰਿਵਾਰ ਨੇ ਕਈ ਕੁਛ ਕੰਟਰੋਲ ਕੀਤਾ ਵਾ, ਪਰ ਜੇ ਕਹੀਏ ਵੀ ਸਾਰੇ ਬਿਜ਼ਨਸਿਸ ਕੰਟਰੋਲ ਕੀਤੇ ਆ ਉਹ ਸ਼ਾਇਦ ਸਹੀ ਨਹੀਂ ਹੋ, ਉਹ ਇੱਕ ਤਰੀਕੇ ਦੀ ਪਰਸੈਪਸ਼ਨ ਬਣੀ ਆ। ਮੈਂ ਇਸ ਕਰਕੇ ਕਈ ਵਾਰ ਕਹਿੰਦਾ ਹਾਂ ਪਰਸੈਪਸ਼ਨ ਦੀ ਗੱਲ, ਅਵਤਾਰ ਸਿੰਘ ਜੀ ਤੁਸੀਂ ਕਈ ਵਾਰ ਜੀ ਕਈ ਵਾਰਾਂ ਤੋਂ ਵੱਧ ਕਹਿੰਦੇ ਹੋ। ਓਕੇ ਓਕੇ, ਕਹਿੰਦੇ ਬਈ ਧੂੰਏ ਵਗੈਰੋਂ ਅੱਗ ਨਹੀਂ ਅਤੇ ਅੱਗ ਵਗੈਰੋਂ ਧੂੰਆਂ ਨਹੀਂ, ਉਹ ਗੱਲ ਆ ਜੀ। ਮਿਹਰਬਾਨੀ ਮਿਹਰਬਾਨੀ, ਠੀਕ ਹੈ ਜੀ ਅਵਤਾਰ ਸਿੰਘ ਜੀ, ਮਿਹਰਬਾਨੀ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਜੀ ਚਰਨਜੀਤ ਸਿੰਘ ਬਟਾਲਾ ਬੋਲ ਰਿਹਾ ਜੀ। ਹਾਂਜੀ ਹਾਂਜੀ ਚਰਨਜੀਤ ਜੀ, ਬੜੇ ਦਿਨਾਂ ਬਾਅਦ ਤੁਹਾਡੀ ਮੇਲ ਤੇ ਆਉਂਦੀ ਰਹਿੰਦੀ ਆ, ਕਾਲ ਬੜੀ ਦਿਨਾਂ ਬਾਅਦ ਕੀਤੀ ਤੁਸੀਂ। ਉਹਨਾਂ ਤੁਹਾਡੀ ਨਾ ਕਾਲ ਸ਼ੁਰੂ ਸ਼ੁਰੂ ਚ ਲੱਗਦੀ ਆ। ਓਕੇ ਓਕੇ, ਮੁੜ ਕੇ ਨਾ ਬੜੀ ਮੁਸ਼ਕਿਲ ਲੱਗਦੀ ਹੋਣੀ ਨਾ, ਬੜੀ ਮੁਸ਼ਕਿਲ ਮੇਰੀ ਕਾਲ ਜੀ। ਪਹਿਲੇ ਸੈਗਮੈਂਟ ਚ ਕੋਸ਼ਿਸ਼ ਕਰਿਆ ਕਰੋ, ਉਸ ਤੋਂ ਬਾਅਦ ਫਿਰ ਜ਼ਿਆਦਾ ਕਾਲ ਸ਼ੁਰੂ ਹੋ ਜਾਂਦੀਆਂ। ਹਾਂਜੀ ਚਰਨਜੀਤ ਜੀ, ਦੱਸੋ ਕੀ ਸੁਝਾਅ ਹੈ ਤੁਹਾਡਾ? ਮੈਂ ਨਾ ਜੀ ਨਰਸਲ ਚ ਇਹ ਕਹਿਣਾ ਚਾਹੁੰਦਾ ਵਾ ਵੀ ਪੰਜਾਬ ਸਰਕਾਰ ਗੰਭੀਰ ਨਹੀਂ ਹੈਗੀ। ਅਖਬਾਰਾਂ ਦੇ ਵਿੱਚ ਇੰਨਾ ਮੈਸੇਜ ਆ ਰਿਹਾ, ਲਿਖਿਆ ਇੰਨਾ ਕੁਝ ਆ ਰਿਹਾ ਜੀ, ਸੁਝਾਅ ਆ ਰਿਹਾ, ਇਹ ਬਿਲਕੁਲ ਗੰਭੀਰ ਨਹੀਂ ਹੈਗੇ। ਪਹਿਲੀ ਗੱਲ ਵੀ ਜਦੋਂ ਵਾਜਪਾਈ ਸਰਕਾਰ ਬਣੀ ਆ ਜੀ, ਉਦੋਂ ਸੁਖਬੀਰ ਸਿੰਘ ਬਾਦਲ ਇੰਡਸਟਰੀ ਮਿਨਿਸਟਰ ਸੀਗੇ। ਠੀਕ ਹੈ, ਬਿਲਕੁਲ ਗੱਲ। ਇਹਨਾਂ ਦੇ ਹੁੰਦਿਆਂ ਚੋਣਾਂ ਜੰਮੂ ਕਸ਼ਮੀਰ ਤੇ ਹਿਮਾਚਲ ਦੀਆਂ ਜਿੱਤਣ ਵਾਸਤੇ ਵਾਜਪਾਈ ਸਰਕਾਰ ਨੇ ਛੋੜ ਦੇ ਦਿੱਤੀ ਗੁਆਂਢੀ ਸੂਬਿਆਂ ਨੂੰ ਟੈਕਸਾਂ ਵਿੱਚ ਜੀ। ਇਹਦਾ ਵਾਰ ਵਾਰ ਜ਼ਿਕਰ ਆਉਣ ਡਿਆ ਵਾਰ ਵਾਰ ਦਾ, ਲੇਕਿਨ ਅਜੇ ਤੱਕ ਇਹਨਾਂ ਨੇ ਕਦੀ ਵੀ ਸੈਂਟਰ ਕੋਲ ਇਹ ਮੁੱਦਾ ਨਹੀਂ ਉਠਾਇਆ, ਨਾ ਕਦੀ ਮੁੱਖ ਮੰਤਰੀ ਸਾਹਿਬ ਮਿਲਿਆ। ਇਹ ਬੜਾ ਇੰਟਰਸਟਿੰਗ ਪੁਆਇੰਟ ਹੈ, ਤੁਹਾਨੂੰ ਪੱਕੀ ਜਾਣਕਾਰੀ ਆ ਵੀ ਇਹ ਜਦੋਂ ਬੈਨੀਫਿਟ ਹਿਮਾਚਲ ਨੂੰ, JNK ਨੂੰ ਅਤੇ ਹੁਣ ਜਿਹੜਾ ਉੱਤਰਾਖੰਡ ਆ, ਇਹ ਪਹਾੜੀ ਇਲਾਕਿਆਂ ਨੂੰ ਜੋ ਦਿੱਤੇ ਗਏ ਆ, ਜਿਹਦੇ 'ਚ ਬੱਦੀ ਚੰਡੀਗੜ੍ਹ ਦੇ ਨੇੜੇ ਸ਼ਾਮਿਲ ਆ, ਉਸ ਵੇਲੇ ਸੁਖਬੀਰ ਸਿੰਘ ਬਾਦਲ ਕੇਂਦਰ ਦੇ ਵਿੱਚ ਇੰਡਸਟਰੀ ਮਿਨਿਸਟਰ ਸਨ। ਇਸ ਤਰ੍ਹਾਂ ਮਾਂ ਜੀ ਵੀ ਮੈਂ ਤਾਂ ਤੁਹਾਡਾ ਪਿਛੋਕਰ ਦੱਸਣ ਲੱਗਾ ਇਹਦਾ ਵੀ ਅਸੀਂ ਅੰਮ੍ਰਿਤਸਰ ਵਿਕਾਸ ਮੰਚ ਨਾਲ ਲਿਖਾ ਪੜ੍ਹੀ ਕਰਦੇ ਰਹੇ ਹਾਂ ਜੀ ਕਿ ਸਾਡੇ ਅੰਮ੍ਰਿਤਸਰ ਦੀ ਇੰਡਸਟਰੀ ਪ੍ਰਮੋਟ ਹੋਣੀ ਚਾਹੀਦੀ ਹੈ। ਇਹ ਜਿਹੜੇ ਗੁਜਰਾਲ ਸਰਕਾਰ ਸੀ ਨਾ, IK ਗੁਜਰਾਲ, ਉਹਨਾਂ ਨੇ 125 ਕਰੋੜ ਰੁਪਏ ਸੈਂਕਸ਼ਨ ਕੀਤੇ ਹਵਾਈ ਅੱਡੇ ਅੰਮ੍ਰਿਤਸਰ ਦੇ, ਉਹ ਨੋਟੀਫਾਈ ਕਰ ਗਿਆ ਤੇ ਉਹ ਮਿਲ ਗਿਆ ਪੰਜਾਬ ਨੂੰ। ਓਕੇ, ਉਹਨਾਂ ਨੇ ਤਿੰਨ ਜਿਹੜੇ ਸਨ ਬਾਰਡਰ ਦੇ, ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਜੀ, ਉਹਨਾਂ ਨੇ ਕਿਹਾ ਸੀ ਵੀ ਇਹ ਤਿੰਨ ਜ਼ਿਲ੍ਹੇ ਨੇ ਇੱਥੇ ਅੱਤਵਾਦ ਦਾ ਬੜਾ ਜ਼ੋਰ ਰਿਹਾ ਤੇ ਇੱਥੇ ਜਿਹੜੀ ਇੰਡਸਟਰੀ ਆਏਗੀ ਉਹਨੂੰ ਰਬੇਟਾ ਮਿਲਣਗੀਆਂ। ਰਾਈਟ, ਵੱਧ ਕਿਸਮ ਦੀ ਪੰਜਾਬ ਦੀ ਇਹ ਆ ਵੀ ਉਹ ਨੋਟੀਫਾਈ ਨਾ ਕਰ ਸਕੇ ਤੇ ਸਰਕਾਰ ਟੁੱਟ ਗਈ, ਇਹ ਵੀ ਬੈਕਗਰਾਉਂਡ ਹੈਗੀ ਆ। ਅੰਮ੍ਰਿਤਸਰ ਦੇ ਵਿੱਚ ਗੁਮਟਾਲਾ ਜੀ, ਜਿਹੜੀ ਤੁਹਾਡੇ ਪਰਾਂ ਪਿੰਡਾਂ ਤੋਂ ਅੱਗੇ ਜਿਹੜਾ ਛਰਾਠਾ, ਉੱਥੇ ਜਿਹੜਾ ਬੜਾ ਪੁਰਾਣੀ ਉੱਥੇ ਇੰਡਸਟਰੀ ਹੁੰਦੀ ਸੀ, ਉੱਥੇ ਕੰਬਲ ਬਣਦੇ ਸੀਗੇ, ਸ਼ਾਲਾਂ ਬਣਦੀਆਂ ਸੀ, ਉਹ ਇੰਡਸਟਰੀ ਦਾ ਕੀ ਹਾਲਤ ਹੈ ਆਉਣਾ? ਸਾਰੀ ਉਜੜ ਗਈ, ਸਾਰੀ ਜੋ ਉੱਥੇ ਕਲੋਨੀਆਂ ਬਣ ਗਈਆਂ ਉੱਥੇ ਹੁਣ। ਓਕੇ, ਫਿਰ ਇਸ ਤੋਂ ਇਲਾਵਾ ਨਾ ਇਸ ਤੋਂ ਇਲਾਵਾ ਜੀ ਅਜਨਾਲੇ ਵਿੱਚ ਅਜੇ ਗਲੀਚੇ ਬਣਦੇ ਆ, ਰਾਜਸਥਾਨ ਸੀ ਅਜਨਾਲਾ, ਇਹ ਬਹੁਤ ਸਾਰੀ ਬੈਲਟ ਹੈਗੀ ਜਿੱਥੇ ਸਾਡੇ ਗਲੀਚੇ ਬਣਦੇ ਰਾਜਸਥਾਨ ਸੀ। ਰਾਈਟ, ਇਸ ਤਰ੍ਹਾਂ ਦੀ ਬਹੁਤ ਸਾਰੀ ਆਲੇ ਆਲੇ ਸੈਟੇਲਾਈਟ ਟਾਊਨ ਉੱਥੇ ਇਸ ਤਰ੍ਹਾਂ ਦੀ ਹੈਂਡੀਕ੍ਰਾਫਟ ਸਨ, ਉਹ ਸਾਰੀਆਂ ਬੰਦ ਹੋ ਗਈਆਂ ਕਿਉਂਕਿ ਧਿਆਨ ਕੋਈ ਨਹੀਂ ਹੈਗਾ ਲੱਗੇ, ਵੋਟ ਬੈਂਕ ਸਾਰਾ ਸਾਲ ਇਲੈਕਸ਼ਨ ਲੱਗੇ ਰਹਿੰਦੇ ਆ,
ਅਮਰੀਕਾ ਦੇ ਵਿੱਚ ਨਵੰਬਰ ਚੋਣਾਂ ਹੁੰਦੀਆਂ ਹਨ ਅਮਰੀਕਾ 'ਚ ਜੀ, ਸਾਰਾ ਸਾਲ 11 ਮਹੀਨੇ ਅਮਰੀਕਾ ਦੇ ਸਿਆਸਤਦਾਨ ਕੰਮ ਕਰਦੇ ਆ, ਸਿਰਫ ਨਵੰਬਰ ਚੋਣਾਂ ਹੁੰਦੀਆਂ ਉਦੋਂ ਬਿਜ਼ੀ ਹੁੰਦੇ ਆ, ਸਾਡੇ ਹਿੰਦੁਸਤਾਨ 'ਚ ਸਾਰਾ ਸਾਲ ਚੋਣਾਂ ਹੀ ਰੁਝੇ ਰਹਿੰਦੇ ਆ, ਬਿਲਕੁਲ ਕੋਈ ਧਿਆਨ ਨਹੀਂ ਲੋਕਾਂ ਦੇ ਮਸਲਿਆਂ ਦਾ। ਬਿਲਕੁਲ ਬਿਲਕੁਲ ਗੁਮਟਾਲਾ ਜੀ, ਮਾਫ਼ ਕਰਨਾ ਮੈਂ ਤੁਹਾਨੂੰ ਕੱਟ ਰਿਹਾ ਵਾਂ, ਇਨਫੈਕਟ ਇਹ ਮਸਲਾ ਜਿਹੜਾ ਵਾ ਆਪਾਂ ਇਸੇ ਤਰ੍ਹਾਂ ਵਿਚਾਰਦੇ ਰਹਾਂਗੇ। ਹੁਣ ਸਮਾਂ ਹੋ ਗਿਆ ਇੱਕ ਬ੍ਰੇਕ ਦਾ। ਅਸੀਂ ਅੱਜ ਗੱਲ ਕਰ ਰਹੇ ਹਾਂ ਕਿ ਇੱਥੇ ਪੰਜਾਬ ਦੇ ਵਿੱਚ ਪੂੰਜੀ ਨਿਵੇਸ਼ ਲਿਆਉਣ ਵਾਸਤੇ ਕੀ ਕਰਨ ਦੀ ਲੋੜ ਹੈ, ਇਹ ਮਸਲਾ ਇਸੇ ਤਰ੍ਹਾਂ ਵਿਚਾਰਾਂਗੇ ਬ੍ਰੇਕ ਤੋਂ ਬਾਅਦ। ਵੈਲਕਮ ਬੈਕ, ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਸਵਾਗਤ ਹੈ। ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀ, ਜਿਹੜੀ ਬਹੁਤ ਘੱਟ ਆ ਰਹੀ ਆ, ਖਾਸ ਕਰਕੇ ਇੰਡਸਟਰੀਅਲ ਇਨਵੈਸਟਮੈਂਟ। ਜੇ ਇੱਥੋਂ ਦੇ ਉਦਯੋਗਪਤੀਆਂ ਨਾਲ ਗੱਲ ਕਰੀਏ ਤਾਂ ਉਹ ਕਈ ਦਿੱਕਤਾਂ ਗੁਣਾਉਂਦੇ ਨੇ ਜਿਹਦੇ ਕਰਕੇ ਇੱਥੇ ਇਨਵੈਸਟਮੈਂਟ ਨਹੀਂ ਆ ਰਹੀ। ਇੱਕ ਤਾਂ ਉਹ ਕਹਿੰਦੇ ਨੇ ਕਿ ਬਾਕੀ ਰਾਜਾਂ ਦੇ ਮੁਕਾਬਲੇ ਪੰਜਾਬ 'ਚ ਸਹੀ ਸਹੂਲਤਾਂ ਨਹੀਂ ਮਿਲ ਰਹੀਆਂ। ਕਈ ਸਾਲਾਂ ਤੋਂ ਪੰਜਾਬ ਸਰਕਾਰ ਬਿਜਲੀ 'ਚ ਸਰਪਲਸ ਹੋਣ ਦਾ ਦਾਅਵਾ ਕਰ ਰਹੀ ਹੈ, ਪਰ ਹਾਲੇ ਵੀ ਪਾਵਰ ਕੱਟ ਜਿਹੜੇ ਆ ਉਹ ਪਹਿਲਾਂ ਵਾਂਗੂ ਹੀ ਲੱਗਦੇ ਰਹਿੰਦੇ ਆ। ਇਸੇ ਤਰ੍ਹਾਂ ਲੋਕ ਇੰਸਪੈਕਟਰ ਰਾਜ ਤੋਂ ਕਾਫੀ ਤੰਗ ਨੇ। ਨਵੀਂ ਇੰਡਸਟਰੀ ਵਾਸਤੇ ਤਾਂ ਇੱਕ ਇਨਵੈਸਟਮੈਂਟ ਬਿਊਰੋ ਬਣਾ ਦਿੱਤਾ, ਇੱਕ ਸਿੰਗਲ ਵਿੰਡੋ ਬਣਾ ਦਿੱਤੀ, ਪਰ ਜਿਹੜੀਆਂ ਪੁਰਾਣੀਆਂ ਇੰਡਸਟਰੀਜ਼ ਆ ਜਿਹਨੇ ਉਹਨਾਂ ਦੀਆਂ ਦਿੱਕਤਾਂ ਵਾਂ ਉਹਨਾਂ ਨੂੰ ਉਹੀ ਦਿੱਕਤਾਂ ਹਾਲੇ ਵੀ ਫੇਸ ਕਰਨੀਆਂ ਪੈਂਦੀਆਂ। ਉਹ ਇਹ ਵੀ ਕਹਿੰਦੇ ਨੇ ਕਿ ਟੈਕਸ ਦੀ ਜਿਹੜੀ ਪ੍ਰਕਿਰਿਆ ਵਾ ਉਹ ਵੀ ਸਹੀ ਨਹੀਂ ਹੈ, ਬਿਨਾਂ ਸੋਚੇ ਸਮਝੇ ਬਦਲਾਵ ਲਿਆਉਂਦੇ ਜਾਂਦੇ ਆ ਇਨਫੈਕਟ, ਔਰ ਫਿਰ ਉਹ ਜਦੋਂ ਰੌਲਾ ਪੈਂਦਾ ਵਾ ਫਿਰ ਜਦੋਂ ਲੋਕ ਮੁਜ਼ਾਹਰੇ ਕਰਦੇ ਆ ਫਿਰ ਉਹਨਾਂ ਨੂੰ ਰਿਵਰਸ ਕਰਨਾ ਪੈਂਦਾ। ਜਿਵੇਂ ਪਿੱਛੇ ਜੇ ਈ ਟ੍ਰਿਪ ਦਾ ਉਹ ਉਦਾਹਰਣ ਦਿੰਦੇ ਆ ਵੀ ਇਹ ਬਿਨਾਂ ਸੋਚੇ ਸਮਝੇ ਈ ਟ੍ਰਿਪ ਦਾ ਸਿਸਟਮ ਲਾ ਦਿੱਤਾ, ਇੰਡਸਟਰੀ ਤੋਂ ਬਹੁਤ ਔਖੀ ਸੀ, ਇੰਡਸਟਰੀਅਲਿਸਟ ਜਦੋਂ ਕਈ ਵਾਰ ਆ ਕੇ ਮਿਲੇ ਔਰ ਅਖੀਰ ਫਿਰ ਪਿਛਲੀਆਂ ਜਿਹੜੀਆਂ ਮਿਊਂਸਪਲ ਚੋਣਾਂ ਸੀ ਉਸ ਵੇਲੇ ਫਿਰ ਇਹਨੂੰ ਵਾਪਸ ਲਿਆ ਗਿਆ। ਸੋ ਹੋਰ ਵੀ ਕਈ ਕਾਰਨ ਹੋ ਸਕਦੇ ਆ, ਦੇਖਦੇ ਹਾਂ ਸਾਡੇ ਜਿਹੜੇ ਸੱਜਣ ਦਰਸ਼ਕ ਸਾਡੇ ਨਾਲ ਜੁੜੇ ਆ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਮੈਂ ਸਰਪ੍ਰੀਤ ਗਿੱਲ ਬੋਲਦਾ ਸਾਊਥ ਕੈਰੋਲਾਈਨਾ ਤੋਂ। ਹਾਂਜੀ ਸੰਜੀ ਸਰਪ੍ਰੀਤ ਜੀ, ਸਵਾਗਤ ਹੈ, ਦੱਸੋ ਤੁਹਾਡਾ ਇੰਡਸਟਰੀ ਬਾਰੇ ਕੀ ਸੁਝਾਅ ਆ ਵੀ ਕੀ ਕਰਨ ਦੀ ਲੋੜ ਹੈ ਵੀ ਪੰਜਾਬ 'ਚ ਇਨਵੈਸਟਮੈਂਟ ਆਵੇ। ਜਿਹੜੀਆਂ ਹੁਣੇ ਤੁਸੀਂ ਗੱਲਾਂ ਕਰਕੇ ਹਟੇ ਹੋ ਇਹ ਤਾਂ ਬਹੁਤ ਇੰਪੋਰਟੈਂਟ ਗੱਲ, ਇਹ ਤਾਂ ਹੈਗੀਆਂ ਬਿਲਕੁਲ, ਇਹ ਤਾਂ ਕੋਈ ਦੋ ਰਾਏ ਨਹੀਂ ਜਿਹੜੀਆਂ ਤੁਸੀਂ ਹੁਣੇ ਗੱਲ ਕੀਤੀ ਆ ਜੀ। ਲੇਕਿਨ ਉਸ ਤੋਂ ਇਲਾਵਾ ਜਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਇਸ ਟਾਈਮ ਇੰਡਸਟਰੀ ਨਾ ਆਉਣ ਦੀ ਵਜ੍ਹਾ ਆ ਜਾਂ ਜਿਹੜੀ ਕੋਈ ਬੰਦਾ ਚਾਹੁੰਦਾ ਹੈ ਉੱਥੇ ਲਾਉਣੀ ਉਹ ਕਿਉਂ ਬੈਕਅਪ ਕਰਦੇ ਨੇ, ਉਹਦੀ ਵਜ੍ਹਾ ਆ ਹਿੱਸੇਦਾਰੀ। ਜਿਹੜੀ ਇਹ ਪਰਿਵਾਰ ਰਾਜ ਕਰ ਰਿਹਾ ਇਹਨਾਂ ਦਾ ਕੋਈ ਸਭ ਤੋਂ ਵੱਡਾ ਕੰਮ ਆ, ਚੰਗਾ ਹੋਟਲ ਆ ਕਬਜ਼ਾ ਕਰ ਲਓ, ਚੰਗਾ ਰੈਸਟੋਰੈਂਟ ਚੱਲਦਾ ਕਬਜ਼ਾ ਕਰ ਲਓ, ਜੇ ਕੋਈ ਨਵੀਂ ਇੰਡਸਟਰੀ ਆਉਂਦੀ ਹੈ। ਇਸ ਬਾਰੇ ਕੋਈ ਜਿਹੜੀ ਹਿੱਸੇਦਾਰੀ ਦੀ ਗੱਲ ਕਰ ਰਹੇ ਜੇ ਸਰਪ੍ਰੀਤ ਜੀ, ਇਹਦੇ ਬਾਰੇ ਤੁਹਾਨੂੰ ਕੋਈ ਨਿੱਜੀ ਜਾਣਕਾਰੀ ਵੀ ਹੈ? ਹਾਂਜੀ ਬਹੁਤ ਨਿੱਜੀ ਜਾਣਕਾਰੀ ਹੈ, ਉਹਦੇ ਬਿਹਾਫ ਤੇ ਮੈਂ ਗੱਲ ਕਰਦਾ। ਮੇਰੇ ਮਿੱਤਰ ਹੈਗੇ ਨੇ ਇਸ ਤਰ੍ਹਾਂ ਜਿਹੜੇ ਉੱਥੇ ਚਾਹੁੰਦੇ ਆ ਇਨਵੈਸਟ ਕਰਨਾ, ਪਰ ਉਹਨਾਂ ਦੀ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਉਂਦੀ ਆ ਵੀ ਪਹਿਲਾਂ ਹਿੱਸਾ ਰੱਖਦੇ ਨੇ, ਉੱਥੇ ਮੇਰੇ ਰਿਸ਼ਤੇਦਾਰ ਵੀ ਰਹਿੰਦੇ ਨੇ, ਉਹ ਖੁਦ ਚਾਹੁੰਦੇ ਇੰਡਸਟਰੀ ਲਾਉਣੀ, ਉਹ ਕਹਿੰਦੇ ਇੱਦੋਂ ਤਾਂ ਜਾ ਕੇ ਕਿਤੇ ਹੋਰ ਸਟੇਟ ਚ ਲਾ ਲਾਂਗੇ। ਹੁਣ ਜਿਵੇਂ ਉੱਤਰਾਖੰਡ ਲੈ ਲਓ ਸੀ, ਉੱਤਰਾਖੰਡ ਦੇ ਨਾਲ ਤਾਂ ਸਬਸਿਡੀ ਮਿਲਦੀ ਆ, ਨਾਲੇ ਲਾਈਟ ਮਿਲਦੀ ਆ। ਹਾਂਜੀ ਇੱਥੇ ਕੀ ਆ, ਨਾ ਲਾਈਟ ਹੈਗੀ ਆ, ਦੂਜੇ ਪਾਸੇ ਹਿੱਸੇਦਾਰੀ, ਸਭ ਤੋਂ ਪਹਿਲਾਂ ਤਾਂ ਹਿੱਸੇਦਾਰੀ ਦਾ ਪੰਗਾ ਆਉਂਦਾ ਸਾਡੇ ਕਿੰਨੇ ਪਰਸੈਂਟ ਰੱਖਦੇ ਹੋ ਤੁਸੀਂ, ਬਾਕੀ ਗੱਲਾਂ ਤਾਂ ਬਾਅਦ ਚ ਕਰਾਂਗੇ। ਤੇ ਇਹ ਸਭ ਤੋਂ ਵੱਡੀਆਂ ਪ੍ਰੋਬਲਮ ਹੁਣ ਯੂਪੀ ਦੇ ਵਿੱਚ ਤੁਸੀਂ ਲਾ ਲਓ, ਕਾਨਪੁਰ ਇੱਕ ਟਾਈਮ ਦੇ ਵਿੱਚ ਇੰਡਸਟਰੀ ਦਾ ਗੜ ਮੰਨਿਆ ਜਾਂਦਾ ਸੀਗਾ ਯੂਪੀ ਦੇ ਵਿੱਚ, ਠੀਕ ਹੈ ਜੀ। ਉੱਥੋਂ ਕਿਉਂ ਭੱਜੀ ਸਾਰੀ ਇੰਡਸਟਰੀ? ਪਹਿਲਾਂ ਤਾਂ ਜਿਹੜਾ ਪੋਲੀਟੀਸ਼ੀਅਨ ਸੀਗੇ ਉੱਥੋਂ ਦੇ, ਉਹਨਾਂ ਦਾ ਆਹੀ ਕੰਮ ਚੱਲਿਆ ਵੀ ਜਿਹੜਾ ਵੀ ਇੰਡਸਟਰੀ ਚੰਗੀ ਚੱਲ ਰਹੀ ਆ ਲਿਆਓ ਵੀ ਹਿੱਸਾ ਸਾਨੂੰ ਦਿਓ ਸਾਡਾ ਜੋ ਬਣਦਾ ਆ। ਫਿਰ ਪਾਵਰ ਕੱਟ ਸ਼ੁਰੂ ਹੋ ਗਏ, ਪਾਵਰ ਦੀ ਇੰਨੀ ਮੰਦੀ ਹਾਲਤ, ਅੱਜ ਵੀ ਇੰਨੀ ਮੰਦੀ ਹਾਲਤ ਆ ਕਿ ਪੂਰੇ ਯੂਪੀ 'ਚ ਕੋਈ ਵੀ ਇੰਡਸਟਰੀਅਲ ਬੰਦਾ ਜਾ ਕੇ ਮੂੰਹ ਨਹੀਂ ਕਰਦਾ ਉਸ ਪਾਸੇ ਨੂੰ ਕਿ ਮੈਂ ਇੱਥੇ ਫੈਕਟਰੀ ਲਾਵਾਂ। ਔਰ ਪਹਿਲੀ ਚੀਜ਼ ਤਾਂ ਬਿਜਲੀ ਆ ਜਾਂਦੀ, ਦੂਜੀ ਫਿਰ ਉੱਥੇ ਵੀ ਇਹੀ ਹਿਸਾਬ ਕਿਤਾਬ ਹੈ, ਹਿੱਸੇਦਾਰੀ ਵਾਲੇ ਕੰਮ ਚੱਲਦਾ। ਪਰ ਪਤਾ ਨਹੀਂ ਸਰਪ੍ਰੀਤ, ਜਿਵੇਂ ਦਿੱਲੀ ਦੇ ਨਾਲ ਜਿਹੜਾ ਇਲਾਕਾ ਵਾ, ਨਵਾਂ ਇਲਾਕਾ ਜਿਹੜਾ ਨੋਇਡਾ ਵਾ,
ਉਹ ਵੀ ਯੂਪੀ ਦੇ ਵਿੱਚ ਹੀ ਪੈਂਦਾ ਵਾ, ਪਰ ਉੱਥੇ ਕਾਫੀ ਇੰਡਸਟਰੀ ਲੱਗ ਰਹੀ ਹੈ। ਉਹ ਵੀਰ ਜੀ ਦਿੱਲੀ ਦੇ ਨਾਲ ਲੱਗ ਜਾਂਦਾ ਐਕਚੁਅਲੀ, ਉਹ ਦਿੱਲੀ ਦੇ ਵਿੱਚ ਹੀ ਐਡਸਨ ਮੰਨਿਆ ਜਾਂਦਾ ਆ, ਲੇਕਿਨ ਉੱਥੇ ਕੀ ਆ ਇਹਨਾਂ ਦੇ ਜਦੋਂ ਦਿੱਲੀ ਦੇ ਵਿੱਚ ਕੋਈ ਵੀ ਇੰਡਸਟਰੀ ਦਿੱਲੀ ਦੇ ਨੇੜੇ ਨੇੜੇ ਲੱਗਦੀ ਆ ਨਾ, ਕੋਈ ਗੁੜਗਾਉਂ 'ਚ ਲੱਗ ਗਈ ਅਤੇ ਇੱਧਰ ਨੋਇਡਾ 'ਚ ਲੱਗ ਗਈ, ਇਹ ਇੰਡਸਟਰੀ ਸਾਰੀ ਜਿਹੜੀ ਆ ਇਹ 'ਤੇ ਉਸ ਤਰ੍ਹਾਂ ਦੇ ਖਰਚੇ ਘੱਟ ਪੈਂਦੇ ਨੇ। ਜੇ ਫਰਜ਼ ਕਰ ਲਓ ਤੁਸੀਂ ਕਾਨਪੁਰ ਦੀ ਗੱਲ, ਆਖਿਰ ਹੈ ਤਾਂ ਸੈਂਟਰ ਤਾਂ ਦਿੱਲੀ ਓ ਮੰਨਿਆ ਜਾਂਦਾ ਹੈ ਆਪਣਾ, ਜੇ ਕੋਈ ਵੀ ਚੀਜ਼ ਕਿਸੇ ਪਾਸੇ ਜਾਣੀ, ਆਫਿਸ ਕਮਿਊਨੀਕੇਸ਼ਨ ਆਉਣ ਜਾਣ ਦੇ ਸਾਧਨ ਜਿਹੜੇ ਆ ਉਹਦੇ ਕਿਤੇ ਕਾਫੀ ਖਰਚਾ ਆ ਜਾਂਦਾ ਜੀ, ਬਹੁਤ ਬੜਾ ਖਰਚਾ ਜੀ। ਉਸ ਤੋਂ ਇਲਾਵਾ ਤੁਸੀਂ ਸੋਚੋ ਆਫਿਸ ਇੱਕ ਸੈਂਟਰਲ ਆਫਿਸ ਇਹਨਾਂ ਨੇ ਦਿੱਲੀ 'ਚ ਬਣਾ ਲਿਆ ਜਾਂ ਨੋਇਡਾ 'ਚ ਬਣਾ ਲਿਆ, ਇੱਕ ਉਹਨਾਂ ਨੂੰ ਕਾਨਪੁਰ ਜਾ ਕੇ ਬਣਾਉਣਾ ਜਾਂ ਲਖਨਊ ਜਾ ਕੇ ਬਣਾਉਣਾ, ਉਹ ਡਬਲ ਡਬਲ ਹਰ ਚੀਜ਼ ਦੇ ਖਰਚੇ ਨੇ ਇਹਨਾਂ ਦੇ। ਬਿਲਕੁਲ, ਸਭ ਤੋਂ ਵੱਡਾ ਰੀਜ਼ਨ ਇਹੀ ਹੈ ਕਿ ਤਾਂ ਹੀ ਹਿੱਸੇਦਾਰੀ ਬਹੁਤ ਵੱਡਾ ਇੱਕ ਮਸਲਾ ਵਾ, ਹਿੱਸੇਦਾਰੀ, ਔਰ ਇਹ ਤਾਂ ਮੇਰੇ ਖਿਆਲ ਹੁਣ ਇਹਦੇ 'ਤੇ ਸਰਕਾਰਾਂ, ਜੇ ਸਰਕਾਰਾਂ ਦਾ ਆਪਣਾ ਹੀ ਹਿੱਸਾ, ਸਰਕਾਰਾਂ ਦੇ ਬੰਦਿਆਂ ਦਾ ਹਿੱਸਾ ਵਾ, ਤਾਂ ਫਿਰ ਇਹਦੇ 'ਤੇ ਮੇਰੇ ਖਿਆਲ ਕੁਝ ਖਾਸ ਹੋ ਨਹੀਂ ਸਕਦਾ, ਅਨਲੈਸ ਲੋਕ ਆਪਣੀ ਆਵਾਜ਼ ਉਠਾਉਣ ਔਰ ਲੋਕ ਜਿਹੜੀ ਇੱਕ ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਨ। ਸਰਪ੍ਰੀਤ ਬਹੁਤ ਬਹੁਤ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਦ੍ਰਿਸ਼ਟੀਕੋਣ ਆ। ਹੈਲੋ, ਸਾਡੇ ਪਿੰਡ ਦਾ ਇੱਕ ਸੱਜਣ ਇੰਗਲੈਂਡ ਵਿੱਚ ਉਹਦੀ ਫੈਕਟਰੀ ਸੀ ਜੀ ਓਕੇ 25-27,000 ਰਹਿ ਕੇ ਖੱਜਲ ਖੁਆਰ ਹੋ ਕੇ ਮੁੜ ਕੇ ਜਾ ਕੇ ਉਹਨੂੰ ਉਹ ਪੈਰੀ ਉਹਦੀ ਜਿੱਦਾਂ ਖੇ ਖਰਾਬ ਹੋਈ ਤੇ ਚੀਨ ਵਿੱਚ ਜਾ ਕੇ ਫੈਕਟਰੀ ਲਾਈ, ਜਿੱਥੇ ਹੁਣ ਡੇਲੀ ਉਹਦਾ 1500 ਕੋਟ ਬਣਦਾ ਸੀ। ਇੱਥੇ ਕੀ ਦਿੱਕਤਾਂ ਸੀ? ਇੱਥੇ ਉਹਨੂੰ ਜਿੱਦਾਂ ਉਹ ਮੈਨੂੰ ਵੀ ਉਹਨੇ ਕਿਹਾ ਵੀ ਤੈਨੂੰ ਮੈਂ ਜੋਬ ਦਊਂਗਾ, ਮੈਂ ਖੁਦ ਇੰਗਲੈਂਡ ਕੰਮ ਕੀਤਾ ਸੀ, ਇੱਥੇ ਇਸ ਅਫਸਰ ਤੇ ਦੂਜੇ ਦਫ਼ਤਰ ਜਾਓ ਦੂਜੇ ਤੋਂ ਕਹਿੰਦਾ ਮੇਰਾ ਉਦੋਂ 92-93 ਵਿੱਚ ਉਹ ਕਹਿੰਦਾ ਸੀ ਮੇਰਾ 4 ਲੱਖ ਰੁਪਈਆ ਜਾਣੀ ਲੱਗ ਗਿਆ ਤੁਰਦੇ ਫਿਰਦੇ ਦਾ। ਭ੍ਰਿਸ਼ਟਾਚਾਰ ਸੀ, ਖੱਜਲ ਖੁਆਰੀ ਸੀ, ਠੀਕ ਹੈ, ਖੱਜਲ ਖੁਆਰੀ ਸੀ। ਤੇ ਉਹਨੇ ਫਿਰ ਚਾਈਨਾ 'ਚ ਫੈਕਟਰੀ ਲਾਈ, ਹੁਣ ਉਹਦੇ ਜਿੱਦਾਂ ਮੁੰਡਾ ਇੱਕ ਤੇ ਉਹਦੇ ਦੋ ਭਰਾ ਉਹ ਸਾਰੇ ਚਾਈਨਾ ਵਿੱਚ ਵਾਰੀ ਵਾਰੀ ਜਾਂਦੇ ਆ, ਤੇ 1500 ਕੋਟ ਡੇਲੀ ਬਣਦਾ, ਦੇਖੋ ਕਿੰਨੇ ਬੰਦਿਆਂ ਨੂੰ ਉਹਨਾਂ ਨੇ ਜੋਬ ਦਿੱਤੀ ਹੋਊਗੀ। ਬਿਲਕੁਲ, ਮੈਂ ਇਹ ਮੰਨਦਾ ਵਾਂ, ਮੈਂ ਮੇਰੇ ਇੱਕ ਹੋਰ ਵੀ ਵਾਕਫ ਨੇ ਇੰਗਲੈਂਡ ਦੇ ਵਿੱਚ, ਉਹਨਾਂ ਦੀ ਸ਼ੂਜ਼ ਦੀ ਉੱਥੇ ਫੈਕਟਰੀ ਆ, ਉਹਨਾਂ ਨੇ ਇੱਥੇ ਜਲੰਧਰ ਦੇ ਕੋਲ ਪਹਿਲਾਂ ਇੰਡਸਟਰੀ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਇੱਥੇ ਕੋਈ ਬਹੁਤਾ ਉਹਨਾਂ ਨੂੰ ਫਾਇਦਾ ਨਹੀਂ ਹੋਇਆ, ਕਈ ਦਿੱਕਤਾਂ ਸੀ ਇੱਥੇ, ਔਰ ਫਿਰ ਹੁਣ ਚਾਈਨਾ ਤੋਂ ਉਹ ਵੀ ਸ਼ੂਜ਼ ਇੰਪੋਰਟ ਕਰਦੇ ਆ, ਇੰਗਲੈਂਡ ਦੇ ਵਿੱਚ ਰਹਿੰਦੇ ਆ, ਔਰ ਕਹਿੰਦੇ ਆ ਵੀ ਉਹਨਾਂ ਨੂੰ ਬਹੁਤ ਫਾਇਦਾ ਹੋ ਰਿਹਾ। ਬਿਲਕੁਲ ਠੀਕ ਹੈ, ਬਹੁਤ ਬਹੁਤ ਸਿੱਧੂ ਸਾਹਿਬ ਧੰਨਵਾਦ। ਇੰਡਸਟਰੀਅਲਿਸਟ ਇਹ ਵੀ ਕਹਿੰਦੇ ਨੇ ਕਿ ਸਰਕਾਰਾਂ ਦੀ ਕਾਰਗੁਜ਼ਾਰੀ ਅਤੇ ਖਾਸ ਕਰਕੇ ਅਮਨ ਕਾਨੂੰਨ ਦੀ ਜਿਹੜੀ ਵਿਵਸਥਾ ਵਾ ਉਹਨਾਂ 'ਚ ਕੌਨਫੀਡੈਂਸ ਪੈਦਾ ਨਹੀਂ ਕਰਦੀ। ਸ਼ਾਇਦ ਇਹੋ ਹੀ ਕਾਰਨ ਹੈ ਕਿ ਬਾਹਰ ਵਾਸਤੇ ਪੰਜਾਬੀ ਵੀ ਇੱਥੇ ਉਦਯੋਗ ਵਾਸਤੇ ਨਿਵੇਸ਼ ਨਹੀਂ ਕਰਨਾ ਚਾਹੁੰਦੇ। ਔਰ ਪਿੱਛੇ ਜਿਵੇਂ ਇੱਕ ਸੱਜਣ ਨੇ ਹੁਣੇ ਦੱਸਿਆ ਵੀ ਇੱਕ ਬਿਜ਼ਨਸ ਪਾਰਟਨਰ ਜਿਹੜਾ ਸੀਗਾ ਉਹਨੇ ਇੰਗਲੈਂਡ ਤੋਂ ਬੰਦਾ ਬੁਲਾ ਕੇ ਇੰਡੀਆ ਦੇ ਵਿੱਚ ਉਹਨੂੰ ਮਰਵਾਇਆ। ਸੋ ਇਸ ਕਰਕੇ ਇੱਥੇ ਇਹੋ ਜਿਹੇ ਜਿਹੜੇ ਵਾਕਿਆ ਹੋ ਜਾਂਦੇ ਆ, ਕਿਡਨੈਪਿੰਗ ਦੇ ਇੰਸੀਡੈਂਟ ਹੋ ਜਾਂਦੇ ਆ, ਤਾਂ ਉਹਦੇ ਨਾਲ ਜਿਹੜੇ ਇੰਡਸਟਰੀਅਲਿਸਟ ਆ ਉਹ ਡਰ ਜਾਂਦੇ, ਕਿਉਂਕਿ ਇਹ ਇੰਡਸਟਰੀਅਲਿਸਟ ਜਿਹੜਾ ਵਾ ਉਹ ਖੂਨ ਖਰਾਬਾ ਨਹੀਂ ਚਾਹੁੰਦਾ, ਉਹ ਬਹੁਤ ਜ਼ਿਆਦਾ ਅਮਨ ਪ੍ਰਸਤ ਹੁੰਦਾ ਵਾ, ਪੀਸ ਚਾਹੁੰਦਾ ਵਾ, ਕਿਉਂਕਿ ਤਦ ਹੀ ਉਹ ਸੋਚਦਾ ਵਾ ਵੀ ਉਹਦੇ ਕੰਮ ਦੇ ਵਿੱਚ ਵਾਧਾ ਨਾ ਹੋ ਸਕੇ। ਮੈਂ ਇੱਥੇ ਵੀ ਕਹਿਣਾ ਚਾਹੁੰਦਾ ਵੀ ਇਹ 'ਚ ਕੋਈ ਸ਼ੱਕ ਨਹੀਂ ਕਿ ਥੋੜ੍ਹੀ ਬਹੁਤ ਆਈਟੀ ਦੀ ਇੰਡਸਟਰੀ ਜਿਹੜੀ ਆ ਉਹ ਮੋਹਾਲੀ ਵਰਗੇ ਸ਼ਹਿਰਾਂ 'ਚ ਜ਼ਰੂਰ ਆਈ ਆ, ਲੇਕਿਨ ਇਹ ਹੈਦਰਾਬਾਦ ਅਤੇ ਬੈਂਗਲੋਰ ਦੇ ਮੁਕਾਬਲੇ 'ਚ ਮੇਰੇ ਖਿਆਲ ਨਾ ਮਾਤਰੀ ਆ। ਇਹ ਇਸ ਕਰਕੇ ਆ ਸ਼ਾਇਦ ਕਿ ਇਹਨਾਂ ਉਹਨਾਂ ਸ਼ਹਿਰਾਂ ਦੀ ਜਿਹੜੀ ਕਨੈਕਟਿਵਿਟੀ ਆ
ਹਵਾਈ ਜਹਾਜ਼ ਦੇ ਬਿਹਤਰ, ਹਵਾਈ ਜਹਾਜ਼ ਨਾਲ ਜਾਣ ਦੇ ਬਿਹਤਰ ਤਰੀਕੇ ਆ, ਰੇਲ ਟ੍ਰੈਫਿਕ ਬਿਹਤਰ ਆ, ਉੱਥੇ 3G 4G ਇੱਥੇ ਤਾਂ ਹੁਣ ਆਇਆ ਵਾ, ਉੱਥੇ ਬਹੁਤ ਸਾਲਾਂ ਦਾ ਇਹ ਆਇਆ ਵਾ, ਸੋ ਇਸ ਕਰਕੇ ਉੱਥੇ ਕਨੈਕਟਿਵਿਟੀ ਜਿਹੜੀ ਆ ਹਰ ਤਰੀਕੇ ਦੀ ਕਨੈਕਟਿਵਿਟੀ ਆ ਜਿਹੜੀ ਉਹ ਮੇਰੇ ਖਿਆਲ ਉਹਨਾਂ ਸ਼ਹਿਰਾਂ ਦੇ ਵਿੱਚ ਬਿਹਤਰ ਆ। ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਸੁਝਾਅ ਦੇਣਾ ਚਾਹੁੰਦੇ ਆ। ਹੈਲੋ, ਹੈਲੋ, ਹਾਂਜੀ ਸੰਧੂ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੀਰ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਹਾਂਜੀ ਹਾਂਜੀ ਕੁਲਵੀਰ ਸਿੰਘ ਜੀ, ਸਵਾਗਤ ਹੈ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੂੰ, ਬਾਦਲ ਪਰਿਵਾਰ ਨੂੰ ਸਮਝਣਾ ਪਏਗਾ, ਜੇ ਉਹਨਾਂ ਨੇ ਉੱਥੇ ਕੁਛ ਕਰਨਾ ਹੈ ਪੰਜਾਬ ਵਿੱਚ, ਸਭ ਤੋਂ ਪਹਿਲਾਂ ਉਹਨਾਂ ਨੂੰ ਸਮਝਣਾ ਪਏਗਾ ਜੀ। ਔਰ ਬਾਦਲ ਦੇ ਹੁੰਦਿਆਂ ਪੰਜਾਬ ਨੂੰ ਗਰੀਬੀ ਤੇ ਗੁਲਾਮੀ ਹੀ ਮਿਲ ਸਕਦੀ ਹੈ। ਇਸ ਟਾਈਮ ਤੁਸੀਂ ਪੰਜਾਬ ਜਿਹੜਾ ਸੀ ਹਿੰਦੁਸਤਾਨ ਦਾ ਸਭ ਤੋਂ ਵਧੀਆ ਸਟੇਟ ਸੀ ਜੀ। ਅੱਜ ਤੁਸੀਂ ਦੇਖੋ ਗਰੀਕ ਦਾ ਕੀ ਹਾਲ ਹੋਇਆ। ਗਰੀਕ ਦਾ, ਗਰੀਕ ਇੱਕ ਬਹੁਤ ਵਧੀਆ ਕੰਟਰੀ ਸੀ ਜੀ, ਅੱਜ ਗੁਲਾਮ ਹੋ ਗਿਆ ਗਰੀਕ, ਪੈਸੇ ਦੇ ਵਜੋਂ ਦੁਆਲਾ ਨਿਕਲ ਗਿਆ ਉਹਦਾ ਗਰੀਕ ਦਾ। ਹਿੰਦੁਸਤਾਨ ਨੇ ਤਰੱਕੀ ਕਰ ਜਾਣੀ ਹੈ, ਸਿਰਫ ਪੰਜਾਬ ਪਿੱਛੇ ਰਹਿ ਜਾਣਾ। ਜਿਸ ਦੇਸ਼ ਦੇ, ਪੰਜਾਬ ਦੇ ਸੂਬੇ ਦਾ ਧਰਮ ਗੁਲਾਮ ਹੈ, ਤੁਹਾਨੂੰ ਪਤਾ ਬਾਦਲਾਂ ਨੇ ਧਰਮ ਵੀ ਗੁਲਾਮ ਕੀਤਾ ਹੈ। ਸਾਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਕਿ ਬਾਦਲ ਨੂੰ ਇੱਥੇ ਆਉਣਾ ਚਾਹੀਦਾ ਸੀ ਜਾਂ ਉਹਦੇ ਬੇਟੇ ਨੂੰ ਇੱਥੇ ਆਉਣਾ ਚਾਹੀਦਾ ਸੀ। ਉਹਨੇ ਉਹ ਮੰਤਰੀ ਬਾਹਰ ਭੇਜੇ ਨੇ ਜਿਹੜੇ ਮੰਤਰੀਆਂ ਦੀ ਕੋਈ ਦੇਖ ਰੇਖ ਨਹੀਂ ਹੈ ਬਾਹਰ, ਜਿਹਨਾਂ ਨੂੰ ਈਵਨ ਕਿ ਇੰਗਲਿਸ਼ ਦਾ ਵੀ ਕੋਈ ਟੱਕਾ ਨਹੀਂ ਆਉਂਦਾ। ਉਹਨਾਂ ਨੇ ਕੀ ਕਿਸੇ ਦਾ ਸੁਧਾਰ ਕਰਨਾ ਹੈ? ਔਰ ਉਹਨਾਂ ਦੋਵਾਂ ਪਿਓ ਪੁੱਤਰ ਆਪ ਉੱਥੇ ਬੈਠ ਕੇ ਉਹਨਾਂ ਮੰਤਰੀਆਂ ਦਾ ਤਮਾਸ਼ਾ ਦੇਖ ਰਹੇ ਨੇ, ਔਰ ਤੁਸੀਂ ਦੇਖੋ ਕਿਸ ਤਰ੍ਹਾਂ ਤਮਾਸ਼ਾ ਦੇਖ ਰਹੇ ਨੇ। ਔਰ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਸੰਧੂ ਸਾਹਿਬ, ਤੁਸੀਂ ਬਹੁਤ ਸਿਆਣੇ ਹੋ, ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਜੀ ਜੀ, ਪਰ ਮੇਰੀ ਗੱਲ ਇੱਕ ਹੈ ਕਿ ਇਹਨਾਂ ਹਰ ਚੀਜ਼ ਦਾ ਜਿਹੜਾ ਜਵਾਬ ਲੱਭ ਲਿਆ ਜੀ, ਜਵਾਬ ਇਹਨਾਂ ਕੋਲ ਹਰ ਚੀਜ਼ ਦਾ ਹੈਗਾ। ਨਸ਼ੇ ਦਾ ਜਵਾਬ ਹੈਗਾ, ਨਸ਼ਾ ਕਿਉਂ ਹੈ, ਲੇਕਿਨ ਉਹਦਾ ਹੱਲ ਕੋਈ ਨਹੀਂ ਜੀ, ਹੱਲ ਨਹੀਂ ਲੱਭਿਆ ਇਹਨਾਂ ਨੇ, ਸਰਕਾਰਾਂ ਨੇ। ਜਵਾਬ ਜ਼ਰੂਰ ਲੱਭ ਲਿਆ, ਜਵਾਬ ਹੈ ਗਰੀਬੀ ਕਿਉਂ ਆ, ਨਸ਼ਾ ਕਿਉਂ ਆ, ਉਹਦਾ ਜਵਾਬ ਆ। ਇੱਕੋ ਹੀ ਇੱਕ ਚੀਜ਼ ਹੈ ਜਿਹਦੇ ਵਿੱਚ ਇਹ ਈਜ਼ੀ ਪੈਸਾ ਕਮਾ ਸਕਦੇ ਨੇ, ਉਹ ਹੈ ਨਸ਼ਾ। ਨਸ਼ੇ ਦੇ ਵਿੱਚ ਬੜਾ ਈਜ਼ੀ ਪੈਸਾ ਕਮਾ ਸਕਦੇ, ਦੇਖੋ ਰੇਤਾ 'ਚ ਬੜਾ ਈਜ਼ੀ ਪੈਸਾ ਕਮਾ ਸਕਦੇ। ਉੱਥੇ ਇਹਨਾਂ ਨੇ ਕੁਛ ਨਹੀਂ ਲਾਇਆ ਰੇਤਾ 'ਚ, ਇਹਨਾਂ ਕੁਛ ਨਹੀਂ ਲਾਇਆ, ਲੇਕਿਨ ਰੇਤਾ ਇਹਨਾਂ ਦੇ ਕਬਜ਼ੇ 'ਚ ਹੈ, ਉੱਥੇ ਪੈਸਾ ਕਮਾ ਸਕਦੇ। ਸਾਨੂੰ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਆਪਾਂ ਡੱਬਾ ਬਦਲ ਦਿੰਦੇ ਹਾਂ, ਗੱਡੀ ਦਾ ਇੰਜਨ ਬਦਲਣਾ ਬਹੁਤ ਜ਼ਰੂਰੀ ਹੈ, ਆਪਾਂ ਆਪਣੇ ਡੱਬੇ ਬਦਲ ਦਿੰਦੇ ਹਾਂ, ਲੇਕਿਨ ਇੰਜਨ ਸਾਡੇ ਉਹ ਹੀ ਪੁਰਾਣੇ ਨੇ ਜਿਹੜੇ ਧੋਆਂ ਦੇ ਚੱਲਦੇ ਪਏ ਨੇ, ਇੰਜਨ ਸਾਡੇ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗੱਲ ਕੀਤੀ ਆ। ਇਹ ਸਭ ਦਿੱਕਤਾਂ ਜਿਹੜੀਆਂ ਵਾ ਕਈ ਸਾਲਾਂ ਤੋਂ ਨਜ਼ਰ ਆ ਰਹੀਆਂ, ਪਰ ਫਿਰ ਵੀ ਅਸੀਂ ਲੋਕਾਂ ਨੇ ਉਹੀ ਸੱਤਾ ਨੂੰ ਦੁਬਾਰਾ ਪਾਵਰ ਦੇ ਵਿੱਚ ਲਿਆਂਦਾ ਵਾ, ਔਰ ਫਿਰ ਹੁਣ ਸਾਰੇ ਲੋਕ ਜਿਹੜੇ ਆ ਇਸ ਬਾਰੇ ਹੁਣ ਗੱਲਾਂ ਕਰਦੇ ਆ। ਤੁਸੀਂ ਗ੍ਰੀਸ ਦੀ ਗੱਲ ਕੀਤੀ, ਬਹੁਤ ਇੰਟਰਸਟਿੰਗ ਐਗਜ਼ਾਮਪਲ ਆ ਗ੍ਰੀਸ ਦਾ। ਜੇ ਇਤਿਹਾਸ ਪੜ੍ਹੀਏ, ਪੁਰਾਣਾ ਇਤਿਹਾਸ ਪੜ੍ਹੀਏ, ਤਾਂ ਉਹਦੇ 'ਚ ਏਥਨਸ ਵਰਗੇ ਜਿਹੜੇ ਸ਼ਹਿਰ ਆ, ਸਪਾਰਟਾ, ਏਥਨਸ, ਇਹਨਾਂ ਦਾ ਦੁਬਾਰਾ ਦੁਬਾਰਾ ਜ਼ਿਕਰ ਆਉਂਦਾ, ਬਹੁਤ ਕੁਝ ਸਿੱਖਣ ਨੂੰ ਮਿਲਦਾ ਉੱਥੋਂ। ਬੜੀਆਂ ਅੱਜ ਕੱਲ੍ਹ ਫਿਲਮਾਂ ਵੀ ਉਸ ਵੇਲੇ ਦੀਆਂ ਬਣੀਆਂ ਵਾ, ਲੇਕਿਨ ਅੱਜ ਕੱਲ੍ਹ ਵਾਕਈ ਉਹ ਮੁਲਕ ਜਿਹੜਾ ਵਾ ਉਹਦੀ ਕੀ ਹਾਲਤ ਇਸ ਵੇਲੇ ਬਣੀ ਆ, ਕਿਤੇ ਇਹ ਨਾ ਹੋਵੇ ਵੀ ਆਪਣੇ ਵੀ ਇੱਥੇ ਉਹੋ ਜਿਹੀ ਹਾਲਤ ਬਣ ਜਾਵੇ ਮੇਰੇ ਖਿਆਲ। ਸੋ ਇਸ ਕਰਕੇ ਆਪਾਂ ਨੂੰ ਸੰਭਲਣ ਦੀ ਲੋੜ ਆ। ਕੁਲਵੀਰ ਜੀ ਧੰਨਵਾਦ, ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹਨਾਂ ਦਾ ਕੀ ਨਜ਼ਰੀਆ ਵਾ, ਉਹਨਾਂ ਦੀ ਗੱਲ ਸੁਣ ਕੇ ਫਿਰ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ। ਹੈਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਲਦੇਵ ਸਿੰਘ ਬੋਲ ਰਿਹਾ ਜੀ, ਬਰਬੈਂਕ ਤੋਂ, ਲਾਸ ਏਂਜਲਸ। ਹਾਂਜੀ ਬਲਦੇਵ ਸਿੰਘ ਜੀ, ਸਵਾਗਤ ਹੈ, ਦੱਸੋ ਅਸੀਂ ਇਹ ਗੱਲ ਕਰ ਰਹੇ ਹਾਂ ਇੰਡਸਟਰੀ ਬਾਰੇ, ਇਹਦੇ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਆ, ਕੀ ਸੁਜੈਸ਼ਨ ਹੈ?
ਦੇਖੋ ਪਹਿਲੀ ਗੱਲ ਤਾਂ ਸੰਧੂ ਸਾਹਿਬ ਇਹ ਆ ਵੀ ਇੱਥੇ ਓਦਾਂ ਦਾ ਐਟਮੋਸਫੀਅਰ ਬਣਾਉਣਾ ਪਊਗਾ ਪੰਜਾਬ ਦੇ ਵਿੱਚ ਵੀ ਲੋਕੀ ਇਸ ਗੱਲ ਨੂੰ ਸੇਫ ਮਹਿਸੂਸ ਕਰਨ ਵੀ ਅਸੀਂ ਉੱਥੇ ਪੈਸੇ ਇਨਵੈਸਟ ਕਰਾਂਗੇ ਜੀ ਤੇ ਸਾਡੀ ਲਾਈਫ ਦੀ ਸ਼ੋਰਟੀ ਵੀ ਹੋਏਗੀ ਅਸੀਂ ਸੇਫ ਹੋਵਾਂਗੇ ਕਿਉਂਕਿ ਤੁਸੀਂ ਗੱਲ ਜਿੱਦਾਂ ਕੀਤੀ ਹੈ ਵੀ ਇੰਗਲੈਂਡ ਤੋਂ ਆ ਕੇ ਬੰਦੇ ਨੇ ਆਪਣਾ ਜਿਹੜਾ ਪਾਰਟਨਰ ਸੀ ਉਹਦਾ ਕਤਲ ਕਰਵਾ ਦਿੱਤਾ ਜੀ ਸੈਕਿੰਡ ਇਹ ਗੱਲ ਆ ਵੀ ਮੈਂ ਆਪਣੀ ਲਾਈਫ ਵਿੱਚ ਦੇਖਿਆ 60 ਈਅਰ ਦੇ ਵਿੱਚ ਅੱਜ ਤੱਕ ਪੰਜਾਬ ਸਰਕਾਰ ਕੋਲੋਂ ਜਿਹੜੀ ਇਲੈਕਟ੍ਰਿਸਿਟੀ ਦੀ ਪ੍ਰੋਬਲਮ ਹੈ ਨਾ ਉਹ ਹੀ ਨਹੀਂ ਸੋਲਵ ਹੋਈ ਹਾਲੇ ਤੱਕ ਜੀ ਜੇ ਤੁਹਾਨੂੰ 8 ਘੰਟੇ ਬਿਜਲੀ ਮਿਲਦੀ ਹੈ ਤੁਸੀਂ ਉੱਥੇ ਇੰਡਸਟਰੀ ਲਾ ਕੇ ਕੀ ਕਰੋਗੇ ਬਿਲਕੁਲ ਠੀਕ ਤੇ ਥਰਡ ਇਹ ਗੱਲ ਆ ਵੀ ਜਦੋਂ ਤੁਸੀਂ ਇੰਡਸਟਰੀ ਲਾਓਗੇ ਤੁਹਾਨੂੰ ਟੈਕਨੀਸ਼ੀਅਨ ਵੀ ਉਸ ਤਰ੍ਹਾਂ ਦੇ ਉੱਥੇ ਅਵੇਲੇਬਲ ਹੋਣੇ ਚਾਹੀਦੇ ਆ ਜੇ ਤੁਹਾਨੂੰ ਲੇਬਰ ਨਹੀਂ ਮਿਲਣੀ ਟੈਕਨੀਸ਼ੀਅਨ ਨਹੀਂ ਮਿਲਣੀ ਉਸ ਤਰ੍ਹਾਂ ਦੇ ਤਾਂ ਤੁਸੀਂ ਲਾਓਗੇ ਇੰਡਸਟਰੀ ਤਾਂ ਫਿਰ ਉਹ ਤੁਹਾਨੂੰ ਲੇਬਰ ਨਹੀਂ ਮਿਲੇਗੀ ਜਾਂ ਟੈਕਨੀਸ਼ੀਅਨ ਨਹੀਂ ਮਿਲਣਗੇ ਤਾਂ ਫਿਰ ਉਹ ਕਿੱਥੋਂ ਤੁਸੀਂ ਲਿਆਓਗੇ ਬਹੁਤ ਦੋਵੇਂ ਵੈਲਿਡ ਪੁਆਇੰਟ ਹੈ ਜੀ ਬਹੁਤ ਵੈਲਿਡ ਪੁਆਇੰਟ ਆ ਪਾਵਰ ਅਸੀਂ ਬੜੇ ਸਾਲਾਂ ਤੋਂ ਗੱਲ ਕਰ ਰਹੇ ਹਾਂ ਲੇਕਿਨ ਅਸੀਂ ਗਲਤ ਤਰੀਕੇ ਦੀ ਪਾਵਰ ਜਿਹੜੀ ਜਨਰੇਸ਼ਨ ਹੈ ਉਹਦੇ 'ਚ ਇਨਵੈਸਟ ਕਰੀ ਜਾ ਰਹੇ ਹਾਂ ਥਰਮਲ ਪਾਵਰ ਦੇ ਵਿੱਚ ਅਸੀਂ ਇਨਵੈਸਟ ਕਰੀ ਜਾ ਰਹੇ ਹਾਂ ਔਰ ਕੋਲਾ ਇੱਥੇ ਹੈ ਨਹੀਂ ਗਾ ਕੋਲੇ ਦੀਆਂ ਬੜੀਆਂ ਦਿੱਕਤਾਂ ਆਉਂਦੀਆਂ ਵਾ ਸਾਨੂੰ ਚਾਹੀਦਾ ਸੀ ਕਿ ਹਾਈਡਲ ਪਾਵਰ ਜਿਹੜੀ ਪਾਣੀ ਤੋਂ ਬਿਜਲੀ ਬਣਦੀ ਆ ਉਹਦੇ 'ਤੇ ਸਾਨੂੰ ਵੱਡੇ ਪੱਧਰ 'ਤੇ ਇਨਵੈਸਟਮੈਂਟ ਕਰਨੀ ਚਾਹੀਦੀ ਸੀ ਹੁਣ ਅਸੀਂ ਸੋਲਰ ਪਾਵਰ ਵੱਲ ਜ਼ਰੂਰ ਗਏ ਹਾਂ ਪਰ ਹੁਣ ਸੋਲਰ ਪਾਵਰ ਵਾਸਤੇ ਜ਼ਮੀਨਾਂ ਹੀ ਹੈ ਨਹੀਂ ਔਰ ਸੋਲਰ ਪਾਵਰ ਨੂੰ ਹੁਣ ਹੋਰ ਪ੍ਰਫੁੱਲਤ ਕਰਨ ਵਾਸਤੇ ਅਸੀਂ ਐਗਰੀਕਲਚਰਲ ਲੈਂਡ ਲੈ ਰਹੇ ਹਾਂ ਸੋ ਇੱਕ ਪਾਸੇ ਤੁਹਾਡੀ ਜਿਹੜੀ ਉਹਦਾ ਚੰਗੀ ਗੱਲ ਹੈ ਸੋਲਰ ਪਾਵਰ ਲੇਕਿਨ ਜੇ ਉਹ ਐਗਰੀਕਲਚਰਲ ਲੈਂਡ ਲੈ ਕੇ ਉੱਥੇ ਸੋਲਰ ਪਾਵਰ ਯੂਨਿਟ ਪੈਨਲ ਲੱਗਣੇ ਆ ਤਾਂ ਉਨਾ ਹੀ ਘਾਟਾ ਦੂਜੇ ਪਾਸੇ ਹੋ ਜੂਗਾ ਸੋ ਅਸੀਂ ਮੇਰੇ ਖਿਆਲ ਕੋਈ ਪ੍ਰੋਪਰ ਸਟ੍ਰੈਟਜੀ ਦੇ ਤਹਿਤ ਅਸੀਂ ਨਹੀਂ ਚੱਲ ਰਹੇ ਔਰ ਇਸੇ ਤਰ੍ਹਾਂ ਹੀ ਤੁਸੀਂ ਗੱਲ ਕੀਤੀ ਹੈ ਇੰਡਸਟਰੀ ਵਾਸਤੇ ਸਕਿੱਲਡ ਅਤੇ ਸੈਮੀ ਸਕਿੱਲਡ ਲੇਬਰ ਦੀ ਬਹੁਤ ਲੋੜ ਹੁੰਦੀ ਹੈ ਸੋ ਸਾਡੀ ਇੱਥੇ ਸਕਿੱਲ ਡਿਵੈਲਪਮੈਂਟ ਹੀ ਨਹੀਂ ਹੋਈ ਅਨਫੋਰਚੁਨੇਟਲੀ ਪੰਜਾਬ ਦੇ ਵਿੱਚ ਜਿਹੋ ਜਿਹੀਆਂ ਪਹਿਲਾਂ ਮੈਨੂੰ ਯਾਦ ਹੈ ਅੱਜ ਤੋਂ 25-30 ਸਾਲ ਪਹਿਲਾਂ ਕਾਫੀ ਇੱਥੇ ITI ਬੜੀਆਂ ਖੁੱਲ੍ਹੀਆਂ ਸੀ ਇੱਥੇ ਪਰ ਉਹੋ ਜਿਹੀ ਜਿਹੜੀ ਜਿਹੋ ਜਿਹੇ ਉੱਥੋਂ ਪ੍ਰੋਡਕਟ ਨਿਕਲਣੇ ਚਾਹੀਦੇ ਸੀਗੇ ਉਹ ਉੱਥੋਂ ਸ਼ਾਇਦ ਨਹੀਂ ਨਿਕਲ ਸਕੇ ਬਲਦੇਵ ਸਿੰਘ ਜੀ ਬਹੁਤ ਬਹੁਤ ਧੰਨਵਾਦ ਮੈਨੂੰ ਪਤਾ ਵਾ ਤੁਸੀਂ ਹੋਰ ਵੀ ਸ਼ਾਇਦ ਗੱਲ ਕਰਨੀ ਆ ਪਰ ਹੁਣ ਇੱਕ ਬ੍ਰੇਕ ਦਾ ਸਮਾਂ ਹੋ ਗਿਆ ਔਰ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆ ਕੇ ਇਹ ਜਿਹੜੀ ਇੰਡਸਟਰੀ ਦਾ ਨਿਵੇਸ਼ ਦਾ ਮਸਲਾ ਵਾ ਇਹਦੇ 'ਤੇ ਇਸੇ ਤਰ੍ਹਾਂ ਹੀ ਵਿਚਾਰ ਵਟਾਂਦਰਾ ਕਰਦੇ ਰਹਾਂਗੇ ਪਰ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਹੈਲੋ ਗਲੋਬਲ ਪੰਜਾਬ ਸ਼ੋਅ ਦੇ ਵਿੱਚ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਇੰਡਸਟਰੀ ਦੀ ਕਿ ਇੰਡਸਟਰੀ ਪੰਜਾਬ ਦੇ ਵਿੱਚ ਇੰਡਸਟਰੀਅਲ ਨਿਵੇਸ਼ ਜਿਹੜਾ ਵਾ ਇਨਵੈਸਟਮੈਂਟਸ ਕਿਉਂ ਨਹੀਂ ਹੋ ਰਹੀਆਂ ਕੁਝ ਪੰਜਾਬ ਦੀ ਇੰਡਸਟਰੀ ਨੂੰ ਚੀਨ ਦੀ ਇੰਡਸਟਰੀ ਕਰਕੇ ਵੀ ਮੇਰੇ ਖਿਆਲ ਆ ਨੁਕਸਾਨ ਜ਼ਰੂਰ ਹੋਇਆ ਵਾ ਇਹ ਖਾਸ ਕਰਕੇ ਲੁਧਿਆਣਾ 'ਚ ਇਹਦਾ ਬਹੁਤ ਅਸਰ ਪਿਆ ਕਿਉਂਕਿ ਚੀਨ ਵਰਗੇ ਮੁਲਕਾਂ 'ਚ ਹੌਜ਼ਰੀ ਜਿਹੜੇ ਆਈਟਮ ਉੱਥੇ ਬਣਦੇ ਆ ਉਹ ਲੁਧਿਆਣੇ ਨਾਲੋਂ ਸਸਤੇ ਪੈ ਰਹੇ ਆ ਕਿਉਂਕਿ ਉੱਥੇ ਲੇਬਰ ਜਿਹੜਾ ਵਾ ਸ਼ਾਇਦ ਇੱਥੋਂ ਨਾਲੋਂ ਸਸਤਾ ਵਾ ਸੋ ਇਸ ਕਰਕੇ ਉਹਦਾ ਵੀ ਬਹੁਤ ਕਾਫੀ ਨੁਕਸਾਨ ਹੋਇਆ ਵਾ ਕੁਝ ਹੋਰ ਵੀ ਸੱਜਣ ਸਾਡੇ ਨਾਲ ਨੇ ਦੇਖਦੇ ਹਾਂ ਉਹਨਾਂ ਦਾ ਇਹਨਾਂ ਮਸਲਿਆਂ ਦੇ ਉੱਤੇ ਕੀ ਦ੍ਰਿਸ਼ਟੀਕੋਣ ਹੈ ਹੈਲੋ ਹੈਲੋ ਹਾਂਜੀ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਮੋਹਨ ਭੁੱਲਰ ਬੋਲਦਾ ਜੀ ਹਾਂਜੀ ਹਾਂਜੀ ਮੋਹਨ ਜੀ ਸਵਾਗਤ ਹੈ ਦੱਸੋ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਕਿ ਅਸੀਂ ਪਹਿਲਾਂ ਹਿੱਸੇਦਾਰੀ ਨੇ ਮਾਰ ਲਿਆ ਪੰਜਾਬ ਨੂੰ ਤਾਂ ਬਸ ਹਿੱਸੇਦਾਰੀ ਅੱਗੇ ਗੱਲ ਇਹਦੇ ਬਾਰੇ ਹੋ ਗਈ ਜੀ ਕਿ ਹਿੱਸੇਦਾਰੀ ਇੱਕ ਬੜਾ ਵੱਡਾ ਮਸਲਾ ਵਾ ਤੁਹਾਨੂੰ ਹੋਰ ਵੀ ਕੁਝ ਲੱਗਦਾ ਵਾ ਹੋਰ ਬਸ ਇਹ ਮੰਗਦੀ ਹੈ ਫਿਰ ਚੱਲਣਾ ਹੀ ਮੰਗਦੇ ਫਿਰ ਜੀ ਉਹ ਤੇ ਬੜੀ ਵੱਡੀ ਇੰਡਸਟਰੀ ਦੇ ਵਿੱਚ ਹਿੱਸੇ ਕੋਈ ਮੰਗਦੇ ਹੋਣਗੇ ਲੇਕਿਨ ਆਮ ਜਿਹੜੀ ਛੋਟੀ ਮੋਟੀ ਇੰਡਸਟਰੀ ਸ਼ਹਿਰਾਂ 'ਚ ਲੱਗਦੀ ਆ ਉੱਥੇ ਕੀ ਦਿੱਕਤਾਵਾਂ ਲੱਗਦੀਆਂ ਤੁਹਾਨੂੰ ਛੋਟੀ ਮੋਟੀ 'ਚ ਤਾਂ ਹੁਣੇ ਕੀ ਮੰਗ ਸਕਦੇ ਆ ਜੀ ਜੀ ਜਲੰਧਰ ਕੋਲੇ ਸੀਗਾ ਉਹ ਰੈਸਟੋਰੈਂਟ ਬਣਿਆ ਉਹ ਇਹਨਾਂ ਨੇ ਲਿਖੋ ਕੱਟੇ ਨੇ ਗੋਲ ਲੈ ਲਿਆ ਉਹਨਾਂ ਤੋਂ
ਉਹਦੀ ਗੱਲਬਾਤ ਹੀ ਹੁੰਦੀ ਹੈ ਜੀ, ਉਹਦੀ ਪੱਕੀ ਕੋਈ ਪੁਖਤਾ ਸਬੂਤ ਹੈ ਨਹੀਂ ਗੇ ਕਿ ਉਹ ਜਿਹੜਾ ਜਲੰਧਰ ਵਾਲੀ ਜੇ ਮੈਨੂੰ ਪਤਾ ਜਿਹੜੀ ਤੁਸੀਂ ਗੱਲ ਕਰਦੇ ਜੇ ਵੀ ਉਹ ਵੀ ਕਿਸੇ ਨੇ ਰਸੂਖ ਵਾਲੇ ਬੰਦੇ ਨੇ ਲੈ ਲਈ ਆ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਸੁਝਾਵ ਦੇਣਾ ਚਾਹੁੰਦੇ ਜਾਂ ਉਹਨਾਂ ਦਾ ਕੀ ਨਜ਼ਰੀਆ ਵਾ। ਹੈਲੋ, ਹਾਂਜੀ ਸੰਧੂ ਸਾਹਿਬ। ਹਾਂਜੀ ਹਾਂਜੀ ਭਾਈ ਸਾਹਿਬ, ਕੌਣ ਬੋਲ ਰਹੇ? ਹਾਂਜੀ ਮੈਂ ਰਵਿੰਦਰ ਬੋਲ ਰਿਹਾ ਜੀ, ਟੋਰਾਂਟੋ ਤੋਂ। ਹਾਂਜੀ ਰਵਿੰਦਰ, ਸਵਾਗਤ ਹੈ ਰਵਿੰਦਰ ਜੀ, ਦੱਸੋ ਕੀ ਕਹਿਣਾ ਚਾਹੁੰਦੇ ਜੀ। ਹਾਂ ਜੀ, ਪਹਿਲੀ ਤਾਂ ਦੇਖੋ ਇੱਕ ਤਾਂ ਗੱਲ ਤਾਂ ਸਪਸ਼ਟ ਹੈ ਵੀ ਇੰਡਸਟਰੀ ਕਿੰਨੇ ਸਾਲਾਂ ਤੋਂ ਪੜ੍ਹ ਰਹੇ ਹਾਂ ਵੀ ਇੰਡਸਟਰੀ ਪੰਜਾਬ ਤੋਂ ਜਾ ਰਹੀ ਆ ਜੀ। ਉਹਦਾ ਮੇਨ ਕਾਰਨ ਤਾਂ ਇਹੀ ਹੈ ਵੀ ਹਿੱਸਾ ਮੰਗਦੇ ਆ ਇਹ ਜਾ ਕੇ। ਓਕੇ, ਹਰ ਮਹੀਨੇ ਜਾਂਦੇ ਆ ਇਹਨਾਂ ਦੇ ਬੰਦੇ। ਓਕੇ, ਤੇ ਉਹ ਕਹਿੰਦੇ ਆਰਡਰ ਹੋਇਆ ਜੀ ਇੰਨੇ ਲੱਖ ਦੇ ਦਿਓ। ਹੁਣ ਤੁਸੀਂ ਹੁਣੇ ਤੁਸੀਂ ਕਿਹਾ ਵੀ ਵੱਡੀ ਇੰਡਸਟਰੀ ਤੋਂ ਮੰਗਦੇ ਹੋਊਗੇ ਛੋਟੀ ਤੋਂ, ਆਖਿਰ ਵੱਡੀ ਤੋਂ ਵੀ ਕਿਉਂ ਮੰਗਦੇ ਆ? ਬਿਲਕੁਲ ਠੀਕ ਹੈ, ਜਿਹੜਾ ਬੰਦਾ ਮੈਂ ਜਸਟੀਫਾਈ ਨਹੀਂ ਕਰ ਰਿਹਾ ਜੀ। ਹਾਂ ਹਾਂਜੀ, ਜਿਹੜਾ ਦੇਖੋ ਜਿਹੜੇ ਕੁੱਤੇ ਨੂੰ ਵੱਢਣ ਦੀ ਆਦਤ ਪੈ ਜਾਵੇ ਉਹ ਵੱਡਾ ਛੋਟਾ ਨਹੀਂ ਫਿਰ ਦੇਖਿਆ ਕਰਦਾ। ਰਾਈਟ, ਇਹ ਸੱਚਾਈ ਹੈ ਜੀ, ਇਹ ਮੰਗਦੇ ਆ ਜੀ ਇਹਨਾਂ ਨੇ। ਮੈਂ ਤਾਂ ਕਹਿੰਦਾ ਵੀ ਇੰਨੇ ਭੈੜੇ ਨਿਕਲੇ ਆ। ਮੈਂ ਜਦੋਂ ਪੜ੍ਹਦਾ ਸੀ ਕਾਲਜ ਵਿੱਚ ਜੀ, ਮੈਨੂੰ ਇਹਨੂੰ ਪਤਾ ਵੀ ਸਾਨੂੰ ਇੱਕ ਗੱਲ ਪਤਾ ਸੀ ਵੀ ਹਾਏ ਸਾਡਾ ਪੰਥ ਸਾਡੀ ਤੱਕੜੀ ਜੀ, ਅਸੀਂ ਵੋਟ ਪਾਉਂਦੇ ਸੀ। ਪਰ ਹੁਣ ਇਹ ਤੱਕੜੀ ਪੂਰਾ ਕੁਫਰ ਤੋਲ ਰਹੀ ਆ। ਮੈਂ ਤਾਂ ਕਹਿੰਦਾ ਜੀ ਪੰਜਾਬੀਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਇਹ ਤੱਕੜੀ ਖੋਹ ਲੈਣੀ ਚਾਹੀਦੀ ਹੈ, ਨਹੀਂ ਤਾਂ ਹਾਲ ਬੁਰਾ ਹੀ ਹੋਣਾ। ਤੁਸੀਂ ਕਿਹੜੇ ਸ਼ਹਿਰ ਤੋਂ ਇੱਥੋਂ ਗਏ ਰਵਿੰਦਰ ਜੀ? ਮੈਂ ਪਹਿਲਾਂ ਮੈਨੂੰ ਆਪਣੀ ਗੱਲ ਪੂਰੀ ਕਰ ਲੈਣ ਤੋਂ ਫਿਰ ਤੁਹਾਨੂੰ ਦੱਸ ਦਿੰਦਾ ਜੀ। ਜੀ, ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜੀ ਵੀ ਇੱਕ ਬੰਦੇ ਦੇ ਇੱਕ ਅੰਗ ਤੇ ਬਿਮਾਰੀ ਹੋ ਜਾਂਦੀ ਆ, ਡਾਕਟਰ ਇਹ ਕਹਿੰਦਾ ਵੀ ਜੇ ਆਪਣੀ ਜ਼ਿੰਦਗੀ ਬਚਾਉਣੀ ਆ ਤਾਂ ਅੰਗ ਕੱਟਣਾ ਪੈਣਾ ਜੀ। ਉਹ ਬੰਦਾ ਅੰਗ ਕੱਟਣ ਨੂੰ ਤਿਆਰ ਹੋ ਜਾਂਦਾ। ਹੁਣ ਪੰਜਾਬੀਆਂ ਨੂੰ ਚਾਹੀਦਾ ਵੀ ਛੱਡ ਦੇਣ ਇਹਨੂੰ, ਆ ਤੱਕੜੀ ਦਾ ਜਿਹੜਾ ਨਾ ਵੀ ਹਾਏ ਸਾਡਾ ਪੰਥ ਸਾਡੀ ਤੱਕੜੀ, ਜੇ ਬਚਾਉਣਾ ਇੰਨੇ ਭੈੜੇ ਜੀ। ਮੈਂ ਕਹਿੰਦਾ ਵੀ ਕਾਂਗਰਸ ਤੋਂ ਵੀ ਭੈੜੇ ਆ ਇਹ, ਇਹਨਾਂ ਤੋਂ ਜੇ ਪੰਜਾਬ। ਬਹੁਤ ਮੇਰੇ ਖਿਆਲ ਬੜਾ ਗੁੱਸਾ ਵਾ ਤੁਹਾਨੂੰ ਇਨਫੈਕਟ ਇਸ ਪਰਿਵਾਰ ਦੇ ਉੱਤੇ। ਖੈਰ ਉਹਦੇ ਜ਼ਰੂਰ ਕਾਰਨ ਜ਼ਰੂਰ ਹੋਣਗੇ। ਮੈਂ ਤੁਹਾਨੂੰ ਹੋਰ ਗੱਲ ਪੁੱਛ ਰਿਹਾ ਸੀ ਵੀ ਤੁਸੀਂ ਕਿਹੜੇ ਸ਼ਹਿਰ ਤੋਂ ਗਏ ਜੇ ਇੱਥੋਂ? ਪੰਜਾਬ ਤੋਂ ਜੀ। ਹਾਂਜੀ, ਉਹ ਤੁਸੀਂ ਮੇਰੇ ਸ਼ਹਿਰ ਤੋਂ ਕਿਹਾ, ਤੁਸੀਂ ਉਹਨਾਂ ਨੂੰ ਸੁਖਵੀਰ ਬਾਦਲ ਨੂੰ ਦੱਸਣਾ ਵੀ ਆਉਂਦੇ ਨੂੰ ਫੜ ਲਓ ਜੀ। ਨਹੀਂ 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 ਨਹੀਂ, ਇੰਨਾ ਨਾ ਡਰੋ, ਇੰਨੀ ਕੋਈ ਗੱਲ ਨਹੀਂ ਹੈਗੀ। ਖੈਰ ਐਨੀਵੇ, ਰਵਿੰਦਰ ਜੀ ਬਹੁਤ ਬਹੁਤ ਧੰਨਵਾਦ। ਇੱਕ ਹੋਰ ਸੱਜਣ ਸਾਡੇ ਨਾਲ ਨੇ, ਦੇਖਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ। ਹੈਲੋ। ਹੈਲੋ, ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਬੋਲ ਰਿਹਾ ਗਗਨ, ਤੇ ਮੈਂ ਹੈਗਾ ਸਿਆਟਲ ਤੋਂ। ਹਾਂਜੀ ਹਾਂਜੀ ਗਗਨ ਜੀ, ਸਵਾਗਤ ਹੈ ਸ਼ੋਅ ਦੇ ਵਿੱਚ, ਦੱਸੋ ਕੀ ਕਹਿਣਾ ਚਾਹੁੰਦੇ ਜੇ। ਸਮਾਂ ਹੁਣ ਇਸ ਵੇਲੇ ਥੋੜਾ ਜਿਹਾ ਘੱਟ ਹੈ ਆਪਣੇ ਕੋਲ, ਤੁਹਾਨੂੰ ਬੜੀ ਸੰਖੇਪ ਦੇ ਵਿੱਚ ਗੱਲ ਕਰਨੀ ਪੈਣੀ। ਚਲੋ ਛੋਟੀ ਗੱਲ ਕਰਾਂਗਾ, ਮੈਂ ਤਾਂ ਪਹਿਲਾਂ ਵਧਾਈ ਦਿੰਦਾ ਵੀ ਤੁਸੀਂ ਏਦਾਂ ਦੇ ਮੁੱਦੇ ਲੈ ਕੇ ਆਉਂਦੇ ਆ, ਪਰ ਮੈਨੂੰ ਇਸ ਗੱਲ ਦਾ ਰੋਸਾ ਹੈ ਵੀ ਆਪਾਂ ਮੁੱਦੇ ਡਿਸਕਸ ਕਰਦੇ ਆ ਪਰ ਉਹਦੇ ਆਨਸਰ ਨਹੀਂ ਹੁੰਦੇ ਸਾਡੇ ਕੋਲ ਜੀ। ਵਾਈ ਡੋਂਟ ਵੀ ਹੈਵ ਆਨਸਰਸ ਫੋਰ ਦਾ ਕੁਐਸਚਨ ਵੀ ਆਸਕ? ਆਪਾਂ ਹਮੇਸ਼ਾ ਗੱਲ ਕਰਦੇ ਆ, ਇੱਥੇ ਹੀ ਮੰਥਨ ਜਿਹਾ ਕਰਕੇ ਇੱਥੇ ਹੀ ਛੱਡ ਜਾਂਦੇ ਆ। ਅਮੀਰ ਖਾਨ ਦਾ, ਉਹਦੇ ਵਿਚ ਓਹਨੇ ਦੱਸਿਆ ਵੀ ਇੱਕ ਪਿੰਡ ਦੇ ਵਿਚ, ਰਾਜਸਥਾਨ ਦੇ ਕਿਸੇ ਪਿੰਡ ਦਾ ਓਹਨੇ ਦਿਖਾਇਆ ਸੀ ਵੀ ਉੱਥੇ ਪਾਣੀ ਦੀ ਕਮੀ ਹੈ ਜੀ। ਠੀਕ ਹੈ, ਫਿਰ ਓਹਨਾ ਨੇ ਪਿੰਡਾਂ ਵਾਲਿਆਂ ਨੇ ਕਿਸੇ ਸਰਕਾਰ ਨੂੰ ਨੀ ਕਿਹਾ, ਉਹਨਾਂ ਨੇ ਆਪ ਆਪਣਾ ਸੋਲਿਊਸ਼ਨ ਲੱਭਿਆ। ਰਾਈਟ, ਅਸੀਂ ਕੀ ਕਰਦੇ ਆ, ਅਸੀਂ ਇੱਥੇ ਗੱਲਾਂ ਸਾਰਿਆਂ ਚ ਪੜਾਸ ਬਹੁਤ ਜ਼ਿਆਦਾ। ਆਈ ਐਗਰੀ ਸਿਸਟਮ ਇਜ਼ ਨਾਟ ਗੁੱਡ, ਬਟ ਗੁੱਡ ਕਿਨੇ ਕਰਨਾ, ਹੂ ਇਜ਼ ਗੋਨਾ ਮੇਕ ਇਟ ਗੁੱਡ? ਬਿਲਕੁਲ ਠੀਕ ਹੈ।
ਮੈਂ ਚੰਡੀਗੜ੍ਹ ਬੋਰਨ ਰੇਜ਼ਡ ਹਾਂ ਜੀ ਜੀ, ਤੇ ਮੈਂ ਮਤਲਬ ਪੰਜਾਬ ਚ ਬਹੁਤਾ ਰਿਹਾ ਨੀ ਆ, ਮੇਰਾ ਪਿੰਡ ਪੰਜਾਬ ਦਾ ਹੀ ਹੈ, ਮਤਲਬ ਜਿੱਥੋਂ ਮੈਂ ਆਇਆ ਮੇਰਾ ਪਿਛੋਕੜ ਪੰਜਾਬ ਦਾ, ਪਰ ਮੈਂ ਇਹ ਦੇਖਿਆ ਵੀ ਇੱਥੇ ਮਤਲਬ ਬਾਹਰਲੇ ਮੁਲਕਾਂ ਦੇ ਵਿੱਚ ਲੋਕੀ ਓਨਰਸ਼ਿਪ ਲੈਂਦੇ ਆ ਵੀ ਇਹ ਮੇਰਾ ਕੰਮ ਹੈ, ਮੈਂ ਦੂਜੇ ਵੱਲ ਨਹੀਂ ਦੇਖਦਾ। ਬਿਲਕੁਲ ਗਗਨ ਜੀ, ਮਾਫ਼ ਕਰਨਾ ਮੈਂ ਤੈਨੂੰ ਕੱਟ ਰਿਹਾ ਕਿਉਂਕਿ ਸਮਾਂ ਖਤਮ ਹੋ ਰਿਹਾ ਵਾ। ਸਾਨੂੰ ਇਹਦਾ ਹੱਲ, ਜਿਵੇਂ ਆਮਿਰ ਖਾਨ ਨੇ ਆਪਣੇ ਸ਼ੋਅ ਦੇ ਵਿੱਚ ਰਾਜਸਥਾਨ ਬਾਰੇ ਦੱਸਿਆ, ਹੱਲ ਆਪ ਹੀ ਲੱਭਣਾ ਪਊਗਾ। ਅਸੀਂ ਓਨਰਸ਼ਿਪ ਲੈ ਕੇ ਆਪਣੇ ਰਾਜ ਦੀ, ਆਪਣੇ ਲੋਕਾਂ ਦੀ, ਆਪਣੇ ਪ੍ਰਾਂਤ ਦੀ ਓਨਰਸ਼ਿਪ ਲੈ ਕੇ ਆਪਣਾ ਹੱਲ ਲੱਭਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ। ਪੂੰਜੀ ਨਿਵੇਸ਼ ਕਿਵੇਂ ਹੋ ਸਕਦਾ ਵਾ, ਇਹ ਮਸਲਾ ਬੜਾ ਵੱਡਾ ਮਸਲਾ ਵਾ। ਇਹਦੇ 'ਤੇ ਆਪਾਂ ਦੁਬਾਰਾ ਵੀ ਕਿਸੇ ਨੇ ਡਿਸਕਸ਼ਨ ਕਰ ਲਾਂਗੇ, ਜਿੱਥੇ ਸਪੈਸ਼ਲੀ ਆਪਾਂ ਸਿਰਫ ਸੁਝਾਵ ਇਨਵਾਈਟ ਕਰਾਂਗੇ ਕੀ ਕਰਨ ਦੀ ਲੋੜ ਆ। ਪੰਜਾਬ 'ਚ ਪੂੰਜੀ ਨਿਵੇਸ਼ ਨਾ ਆਉਣਾ ਇਸ ਕਰਕੇ ਵੀ ਚਿੰਤਾ ਦਾ ਵਿਸ਼ਾ ਵਾ ਕਿਉਂਕਿ ਖੇਤੀਬਾੜੀ ਦੇ ਖੇਤਰ ਦੇ ਵਿੱਚ ਵੀ ਇੱਥੋਂ ਬਹੁਤ ਚੰਗੀਆਂ ਖਬਰਾਂ ਆਪਾਂ ਵੇਖੀਆਂ ਨਹੀਂ ਆ ਰਹੀਆਂ। ਜਿਵੇਂ ਆਪਾਂ ਨੂੰ ਪਤਾ ਹੀ ਆ ਕਿ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ, ਇਹ ਲੱਗ ਰਿਹਾ ਕਿ ਪੰਜਾਬ ਵਿਕਾਸ ਦੇ ਸਾਰੇ ਪੱਖੋਂ ਕਿਸੇ ਹੱਦ ਤੱਕ ਲੀਹ ਤੋਂ ਉਤਰਿਆ ਹੋਇਆ ਹੈ। ਇਸ ਸਭ ਵਾਸਤੇ ਸ਼ਾਇਦ ਸਰਕਾਰਾਂ ਨੂੰ ਹਰ ਖੇਤਰ ਦੇ ਮਾਹਰਾਂ ਨਾਲ ਇੱਕ ਬੜੇ ਵੱਡੇ ਪੱਧਰ 'ਤੇ ਵਿਚਾਰ ਵਟਾਂਦਰਾ ਕਰਨਾ ਪਊ। ਆਪਾਂ ਵੀ ਕਿਸੇ ਦਿਨ ਇਸ ਬਾਰੇ ਜ਼ਰੂਰ ਗੱਲ ਕਰਾਂਗੇ, ਪਰ ਪ੍ਰੋਬਲਮ ਇੱਥੇ ਇਹ ਆ ਕਿ ਇੱਕ ਹੋਰ ਸਾਲ ਡੇਢ ਸਾਲ ਬਾਅਦ ਇੱਥੇ ਚੋਣਾਂ ਹੋ ਜਾਣੀਆਂ, ਹੁਣ ਸਾਰਾ ਜੋੜਾ ਜ਼ੋਰ ਆ ਇਹ ਚੋਣਾਂ ਪਾਸੇ ਲੱਗਿਆ ਵਾ। ਸੋ ਪੂੰਜੀ ਨਿਵੇਸ਼ ਅਤੇ ਕਿਸਾਨੀ ਦੇ ਮਸਲਿਆਂ 'ਤੇ ਸ਼ਾਇਦ ਧਿਆਨ ਹੁਣ ਚੋਣਾਂ 2017 ਦੀਆਂ ਚੋਣਾਂ ਤੋਂ ਬਾਅਦ ਹੀ ਆਵੇਗਾ, ਕਿਉਂਕਿ ਹੁਣ ਸਮਾਂ ਖਤਮ ਹੋ ਰਿਹਾ। ਅੱਜ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।